ਉੱਤੋਂ ਗੋਲੀਆਂ ਸੀ ਪਾਣੀ ਮੰਗਿਆ ਉਹਨਾਂ ਨੇ ਰੋਸ਼ਨਦਾਨ ਥਾਣੀ ਐਲ ਐਮ ਜੀ ਬੀਟ ਕੇ ਸਾਡੇ ਅੰਦਰ ਬ੍ਰੈਸਟ ਮਾਰੇ ਅਤੇ ਅਸੀਂ ਰਾਤ ਖੂਨ ਚੱਟ ਕੇ ਗੁਜ਼ਾਰਾ ਕੀਤਾ ਬੈਠੇ ਸੀ ਲਿਜਾ ਰਹੇ ਸਾਨੂੰ ਉੱਥੇ ਬਿਠਾਉਣ ਵਾਸਤੇ ਇੱਕ ਛੋਟਾ ਜਿਹਾ ਬੱਚਾ ਆਪਣੀ ਮਾਂ ਦੀ ਛਾਤੀ 'ਤੇ ਖੇਡਣ ਡਿਆ ਛੋਟਾ ਜਿਹਾ ਹੋਊਗਾ ਤੋ ਬਹੁਤ ਗੁੱਸੇ ਸੀ ਆਰਮੀ ਵਾਲੇ ਉਸ ਵੇਲੇ ਉਹ ਜਨਾਨੀ ਮਰੀ ਪਈ ਸੀ ਵਿਚਾਰੀ ਅਤੇ ਉਹਨੇ ਚੁੱਕ ਇੱਕ ਨੇ ਤਾਂ ਚੁੱਕਿਆ ਦੂਜੇ ਨੇ ਥੱਲੇ ਉਹਨੂੰ ਬ੍ਰੈਸਟ ਮਾਰਿਆ ਅਤੇ ਉਹ ਖੱਖਰੀ ਕਰਤਾ ਬੱਚਾ ਉਹ ਵੇਲੇ ਉਹ ਜਿਹੜਾ ਸੀ ਨਾ ਉਹ ਔਖਾ ਸੀ ਮੰਜ਼ਰ ਦੇਖ ਉਹ ਸੀਗਾ ਜ਼ਿਆਦਾ ਦੁਖਦਾਈ ਉਹਨੇ ਭੁੱਲਦੀਆਂ ਨਹੀਂ ਕਈ ਗੱਲਾਂ ਜਿਹੜੀਆਂ ਜਾਂ ਦੇਖ ਕੇ ਮੈਂ ਸਾਡੇ ਇੱਕ ਦ੍ਰਿੜਤਾ ਸੀ ਵਿਸ਼ਵਾਸ ਸੀ ਵੀ ਅਸੀਂ ਜੰਗ ਲੜੀ ਆ ਅਤੇ ਜੰਗੀ ਕੈਦੀਆਂ ਨਾਲ ਇਹੋ ਹਾਲ ਹੁੰਦਾ ਜੋ ਸਾਡੇ ਨਾਲ ਹੋ ਰਿਹਾ ਅਤੇ ਸ਼ਹਿਰ ਸਾਰਾ ਸੁਣਸਾਨ ਸੀ ਬਹੁਤ ਸਾਰੇ ਹਿੰਦੂ ਜਿਹੜੇ ਆ ਬੀਬੀ ਲਕਸ਼ਮੀ ਕਾਂਤਾ ਵਰਗੀਆਂ ਇਹ ਸਾਰੀਆਂ ਬਾਹਰ ਫੌਜੀਆਂ ਨੂੰ ਲੱਡੂ ਵੰਡ ਰਹੇ ਸੀ ਜਦੋਂ ਅਸੀਂ ਘੰਟਾ ਘਰ ਲੈ ਆਏ ਹਾਂ ਜਿਵੇਂ ਬਾਬੇ ਬੰਦੇ ਬਹਾਦਰ ਨੂੰ ਵੱਟੇ ਵੱਜੇ ਤਾਂ ਸਾਨੂੰ ਵੀ ਵੱਟੇ ਵੱਜੇ ਇੱਕ ਕਮਿਊਨਿਟੀ ਵੱਲੋਂ ਉਹਨਾਂ ਨੇ ਮਾਰੇ ਉਸ ਵੇਲੇ ਉਹਨਾਂ ਦੇ ਮਨ 'ਚ ਖੁਸ਼ੀਆਂ ਸੀ ਸਾਡੀ ਸ਼ਨਾਖਤ ਵੀ ਉੱਥੇ ਸਾਡੇ ਕਿਸੇ ਆਪਣੇ ਬੰਦੇ ਨੇ ਕੀਤੀ ਜਿਹਦਾ ਬਾਅਦ 'ਚ ਬਹੁਤ ਰੌਲਾ ਪੈਂਦਾ ਰਿਹਾ ਇਹ ਲਾਲ ਸਲਾਮ ਤੋਂ ਲਾਲ ਫਰੇਰਿਆਂ ਤੋਂ ਕੇਸਰੀ ਦੇ 17 ਵਾਲੇ ਸਫ਼ਰ ਜਿਹੜਾ ਆ ਕੀ ਚੀਜ਼ ਹੀ ਜਿਹੜੀ ਖਿੱਚ ਲਿਆਈ ਇਸ ਪਾਸੇ ਵਿਦਿਆਰਥੀਆਂ ਅਤੇ ਸੈਂਟਰ ਸਰਕਾਰ ਦਾ ਮਹਿਕਮੇ ਦੇ ਨੇ ਅਤੇ ਉਹਦੇ ਨਾਲ ਸੈਂਟਰ ਦੇ ਕੰਨਾਂ 'ਤੇ ਜੂ ਸੜਕ ਹੋ ਗਈ ਵੀ ਸੈਂਟਰ ਦਾ ਐਡਾ ਵੱਡਾ ਮਹਿਕਮਾ ਐਡਾ ਵੱਡਾ ਉਹਦਾ ਫਲਾਹ ਹੈ ਰੇਲਵੇ ਦਾ ਅਤੇ ਉਹਦੇ 37 ਸਟੇਸ਼ਨ ਜਿਹੜੇ ਆ ਉਦੋਂ ਇੱਕੋ ਰਾਤ 'ਚ ਅਸੀਂ ਇੱਕ ਘੰਟੇ ਦੇ ਐਕਸ਼ਨ 'ਚ ਉਹ ਸਾੜੇ ਚਮਕੌਰ ਦੀ ਗੜੀ 'ਚ ਦਸਵੇਂ ਪਾਤਸ਼ਾਹ ਨੇ ਬਿਲਕੁਲ ਆਪਣੀ ਕਿਰਪਾ ਕਰਕੇ ਲੜਾਏ ਇਸੇ ਤਰ੍ਹਾਂ ਇੱਥੇ ਗੁਰੂ ਰਾਮਦਾਸ ਨੇ ਕਿਰਪਾ ਕਰਕੇ ਸੰਤ ਜਰਨੈਲ ਸੋਹਣਾ ਅਤੇ ਉਹਨਾਂ ਦੇ ਅੰਡਰ ਜਿੰਨੇ ਕੁ ਬੰਦੇ ਸੀਗੇ ਉਹਨਾਂ ਨੂੰ ਫੌਜ ਨੂੰ ਚਣੇ ਜਵਾਉਣ ਦਾ ਮੌਕਾ ਵੀ ਦਿੱਤਾ ਬੜੇ ਬੜੇ ਵੱਡੇ ਮੁਸਲਮਾਨ ਕੰਟਰੀਆਂ ਦੇ ਬੜੇ ਬੜੇ ਸੇਖ ਜਿਹੜੇ ਸੀਗੇ ਉਹ ਵੀ ਟੈਲੀਫੋਨ ਕਰਕੇ ਸੰਤ ਜਰਨੈਲ ਸਿੰਘ ਪੁੱਛਦੇ ਸੀ ਠੀਕ ਹੈ ਨਾ ਅਤੇ ਅਸੀਂ ਸਮਝਦੇ ਹਾਂ ਵੀ ਉਹ ਉਦੋਂ ਸਰਕਾਰਾਂ ਸੰਤ ਜਰਨੈਲ ਸਿੰਘ ਦੇ ਦੁਆਲੇ ਘੁੰਮਦੀਆਂ ਸੀ ਸੰਤ ਜਰਨੈਲ ਸਿੰਘ ਕਿਸੇ ਦੁਆਲੇ ਨਹੀਂ ਸੰਤ ਜਰਨੈਲ ਸਿੰਘ ਗੁਰੂ ਰਾਮਦਾਸ ਦੇ ਦੁਆਲੇ ਘੁੰਮੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਰਦਾਰ ਜਸਬੀਰ ਸਿੰਘ ਘੁੰਮਣ ਹੋਣਾ ਕੋਲ ਪਹੁੰਚੇ ਹਾਂ ਇਹ ਫੈਡਰੇਸ਼ਨ ਦੇ ਵਿੱਚ ਪੂਰੇ ਸਰਗਰਮ ਰਹੇ ਨੇ ਭਾਈ ਅਮਰੀਕ ਸਿੰਘ ਦੇ ਸਮੇਂ ਅਕਾਲੀ ਸਿਆਸਤ ਦੇ ਉੱਗੇ ਹਸਤਾਖਰ ਸਰਦਾਰ ਹਰਬੰਸ ਸਿੰਘ ਘੁੰਮਣ ਉਹਨਾਂ ਦੇ ਫਰਜੰਦ ਸਰਦਾਰ ਜਸਬੀਰ ਸਿੰਘ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਦੋਂ ਟਕਸਾਲ ਦੀ ਕਮਾਂਡ ਸੰਭਾਲਦੇ ਨੇ ਅਤੇ ਉਸ ਤੋਂ ਅਗਲੇ ਸਾਲ ਭਾਈ ਅਮਰੀਕ ਸਿੰਘ ਫੈਡਰੇਸ਼ਨ ਦੀ ਕਮਾਂਡ ਸੰਭਾਲਦੇ ਨੇ ਤਾਂ ਇਹਨਾਂ ਵੱਲੋਂ ਆਪਣੇ ਪਿੰਡ ਇੱਕ ਸਮਾਗਮ ਕਰਵਾਇਆ ਜਾਂਦਾ ਗੁਰਮਤਿ ਸਮਾਗਮ ਉੱਥੇ ਸੰਤ ਸਰਦਾਰ ਹਰਬੰਸ ਸਿੰਘ ਨੂੰ ਕਹਿੰਦੇ ਆ ਕਿ ਆਪਣਾ ਇੱਕ ਪੁੱਤਰ ਜਿਹੜਾ ਆ ਉਹ ਸਾਨੂੰ ਦਿਓ ਤਾਂ ਉਸ ਦਿਨ ਤੋਂ ਘੁੰਮਣ ਸਾਹਿਬ ਸਰਦਾਰ ਅਮਰੀਕ ਸਿੰਘ ਹੋਣਾ ਨਾਲ ਭਾਈ ਅਮਰੀਕ ਸਿੰਘ ਹੋਣਾ ਦੇ ਨਾਲ ਫੈਡਰੇਸ਼ਨ ਦੇ ਵਿੱਚ ਲਗਾਤਾਰ ਸਰਗਰਮ ਰਹੇ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਨ ਆਏ ਹਾਂ ਇੱਥੇ ਇਹਨਾਂ ਦੇ ਕੀ ਤਜਰਬੇ ਰਹੇ ਨੇ ਕਿਉਂਕਿ ਜੂਨ 84 ਦੇ ਹਮਲੇ ਵੇਲੇ ਵੀ ਇਹ ਅੰਦਰ ਸਨ ਅਤੇ ਉਸ ਤੋਂ ਬਾਅਦ ਜੋਧਪੁਰ ਜੇਲ੍ਹ ਜਿਹੜਾ ਸਿੱਖਾਂ ਦਾ ਕਹਿ ਸਕਦੇ ਹਾਂ ਕਿ ਵੱਡੀ ਗਿਣਤੀ 'ਚ ਸਿੱਖ ਨੌਜਵਾਨਾਂ ਨੂੰ ਅਰੈਸਟ ਕਰਕੇ ਜੋਧਪੁਰ ਜੇਲ੍ਹ ਭੇਜਿਆ ਗਿਆ ਉਹਨਾਂ ਦੇ ਵਿੱਚ ਵੀ ਰਹੇ ਨੇ ਚੈਨਲ ਉੱਪਰ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਸਵਾਲ ਮੇਰਾ ਤੁਹਾਨੂੰ ਇਹੀ ਹੈ ਕਿ ਫੈਡਰੇਸ਼ਨ ਦਾ ਉਭਾਰ ਜਿਵੇਂ ਹੋਇਆ ਭਾਈ ਅਮਰੀਕ ਸਿੰਘ ਵੱਲੋਂ ਫੈਡਰੇਸ਼ਨ ਦੀ ਕਮਾਂਡ ਸੰਭਾਲਣ ਤੋਂ ਬਾਅਦ ਕਿਵੇਂ ਉਭਾਰ ਕਿਵੇਂ ਪਹਿਲਾਂ ਨਾਲੋਂ ਫੈਡਰੇਸ਼ਨ ਵੱਖ ਹੋ ਗਈ ਅਤੇ ਕਿਵੇਂ ਵੱਡੀ ਗਿਣਤੀ 'ਚ ਨੌਜਵਾਨ ਜੁੜਨ ਲੱਗੇ ਇਸ ਬਾਰੇ ਥੋੜ੍ਹਾ ਚਾਨਣਾ ਪਾਓ ਕਿਉਂਕਿ ਤੁਸੀਂ ਮੁੱਢਲੇ ਦਿਨਾਂ ਤੋਂ ਭਾਈ ਅਮਰੀਕ ਸਿੰਘ ਉਹਨਾਂ ਦੇ ਨਾਲ ਤੁਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਸਿੱਖ ਨਜ਼ਰੀਆ ਚੈਨਲ ਤੋਂ ਸਾਡੇ ਕੋਲ ਆਏ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਸਿੱਖ ਸਰੋਤਾਂ ਨੂੰ ਸਿੱਖ ਇਤਿਹਾਸ ਨੂੰ ਜੋੜਨ ਦੀ ਗੱਲ ਕਰ ਰਹੇ ਹੋ ਮੈਂ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਬਚਪਨ ਤੋਂ ਹੀ ਫੈਡਰੇਸ਼ਨ ਨਾਲ ਜੁੜਿਆ ਸੀ ਮੈਟ੍ਰਿਕ ਕਰਨ ਤੋਂ ਬਾਅਦ ਜਿਹੜਾ ਪਿੰਡ ਅਸੀਂ ਇੱਕ ਸਮਾਗਮ ਕਰਾਇਆ ਉਸ ਸਮਾਗਮ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਧਿਆਨ ਸਿੰਘ ਜੀ ਲੌਂਗੋਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਹਿਦਾ ਗੁਰਚਰਨ ਸਿੰਘ ਜੀ ਟੌਹਰਾ ਅਤੇ ਬਹੁਤ ਵੱਡੀ ਸ਼ਖਸੀਅਤ ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਜੀ ਉਸ ਵੇਲੇ ਉਹ ਸਮਾਗਮ 'ਚ ਗਏ ਸੀ ਅਤੇ ਉਹਨਾਂ ਨੇ ਮੈਨੂੰ ਉੱਥੇ ਹੀ ਮੈਂ ਥੋੜ੍ਹਾ ਜਿਹਾ ਬੋਲਿਆ ਉਹਨਾਂ ਨੇ ਉੱਥੇ ਵੇਖਿਆ ਮੈਨੂੰ ਜਦੋਂ ਉਹ ਸਾਡੇ ਫਾਦਰ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਇੱਕ ਤੁਹਾਡੇ 4 ਬੇਟੇ ਆ ਅਤੇ ਇੱਕ ਬੇਟਾ ਸਾਨੂੰ ਦੇ ਦਿਓ ਉਦੋਂ ਫੈਡਰੇਸ਼ਨ ਦਾ ਕੋਈ ਬਹੁਤ ਵੱਡੀ ਗੱਲ ਨਹੀਂ ਸੀ ਮੈਨੂੰ ਇਹ ਵੀ ਚੇਤਾ ਕਿ ਭਾਈ ਅਮਰੀਕ ਸਿੰਘ ਦੀ ਪ੍ਰਧਾਨਗੀ ਵੇਲੇ ਵੀ ਬਹੁਤ ਥੋੜ੍ਹਾ ਇਕੱਠ ਹੋਇਆ ਸੀਗਾ ਕਿਉਂਕਿ ਉਹ ਲੋਕ ਕਾਮਰੇਡਾਂ ਦੇ ਧੱਕੇ ਸਟੂਡੈਂਟ ਚੜ੍ਹ ਚੁੱਕੇ ਸੀਗੇ ਕਾਲਜਾਂ ਸਕੂਲਾਂ ਦੀ ਫਿਜ਼ਾ ਦੇ ਵਿੱਚ ਯੂਨੀਵਰਸਿਟੀ ਦੀ ਫਿਜ਼ਾ 'ਚ ਕਾਮਰੇਡਾਂ ਦਾ ਬੋਲਬੱਲਾ ਸੀ ਲਾਲ ਝੰਡੇ ਦਾ ਬੋਲਬੱਲਾ ਸੀ ਲਾਲ ਸਲਾਮ ਦਾ ਬੋਲਬੱਲਾ ਸੀ ਉਸ ਵੇਲੇ ਅਤੇ ਉਹ ਜਿਹੜਾ ਲਾਲ ਝੰਡਾ ਅਤੇ ਲਾਲ ਸਲਾਮ ਵਿਦਿਆਰਥੀ ਜੀਵਨ ਦੇ ਵਿੱਚ ਬਹੁਤ ਛੇਤੀ ਅਸਰ ਕਰ ਜਾਂਦਾ ਕੋਈ ਵੀ ਮੂਵਮੈਂਟ ਦਾ ਜਿਹੜਾ ਆਭਾਰ ਹੁੰਦਾ ਅਸੀਂ ਵੇਖਿਆ ਕਿ ਉਦੋਂ ਕਾਮਰੇਡ
ਸਾਨੂੰ ਨਾ ਤਾਂ ਕੋਈ ਸਕੂਲਾਂ ਕਾਲਜਾਂ 'ਚ ਸਿੱਖ ਲੱਭਦਾ ਸੀ ਉਸ ਵੇਲੇ, ਨਾ ਕੋਈ ਦਾੜੀ ਕੇਸ ਵਾਲਾ ਮੁੰਡਾ ਲੱਭਦਾ ਸੀ। ਜੇ ਲੱਭਦੇ ਸੀ ਤਾਂ ਸਿਰਫ ਲਾਲ ਸਲਾਮ ਵਾਲੇ ਮੁੰਡੇ ਲੱਭਦੇ ਸੀ, ਜਿਹੜੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਅਸੀਂ ਦੇਸ਼ 'ਚ ਬੜਾ ਵੱਡਾ ਇਨਕਲਾਬ ਬਰਾਬਰਤਾ ਦਾ ਲਿਆ ਰਹੇ ਹਾਂ, ਸਮਾਜਿਕ ਬਰਾਬਰਤਾ ਦੀ ਉਹ ਗੱਲ ਕਰਦੇ ਸੀ। ਬਹੁਤ ਉਹਨਾਂ ਦੇ ਮੈਗਜ਼ੀਨ ਚੰਗਿਆੜੀ ਲਲਕਾਰ ਇੱਦਾਂ ਦੇ ਮੈਗਜ਼ੀਨ ਨਿਕਲਣੇ ਜਿਨ੍ਹਾਂ ਵੱਲ ਲੋਕ ਅਟਰੈਕਟ ਹੁੰਦੇ ਸੀਗੇ ਪੜ੍ਹ ਪੜ੍ਹ ਕੇ, ਕੁਝ ਵਰਕੀਆਂ ਬਣਦੇ ਸੀ, ਉਹ ਸਾਰਾ ਫੰਡਿੰਗ ਜਿਹੜੀ ਆ ਉਹ ਰਸ਼ੀਆ ਕਰ ਰਿਹਾ ਸੀ ਉਸ ਵੇਲੇ। ਅਤੇ ਪੰਜਾਬ 'ਚ ਕਾਮਰੇਡਾਂ ਨੂੰ ਉਭਾਰ ਵਾਸਤੇ ਬਹੁਤ ਸਾਰੀਆਂ ਏਜੰਸੀਆਂ ਲੱਗੀਆਂ ਹੋਈਆਂ ਸੀ ਇਸ ਕੰਮ ਵਾਸਤੇ ਕਿ ਇੱਥੇ ਸਿੱਖੀ ਨੂੰ ਖਤਮ ਕੀਤਾ ਜਾਵੇ। ਤਰੀਕੇ ਅਲੱਗ ਅਲੱਗ ਕੱਢੇ ਗਏ। ਹਰਕ੍ਰਿਸ਼ਨ ਸਰਜੀਤ ਜਿਹੜਾ ਇੰਦਰਾ ਗਾਂਧੀ ਦੇ ਬਹੁਤ ਨੇੜੇ ਸੀ ਉਸ ਵੇਲੇ, ਉਹਨਾਂ ਨੇ ਵੀ ਇਹ ਪੰਜਾਬ ਦੇ ਵਿੱਚ ਕਾਮਰੇਡ ਲਿਆਉਣ ਵਾਸਤੇ ਬਹੁਤ ਜ਼ਿਆਦਾ ਜਥੇਬੰਦੀਆਂ ਨੂੰ ਪ੍ਰਮੋਟ ਕੀਤਾ। ਹਰ ਫੈਕਟਰੀ ਵਿੱਚ ਯੂਨੀਅਨ ਬਣੀ, ਹਰ ਕਾਲਜ ਵਿੱਚ ਯੂਨੀਅਨ ਬਣੀ ਉਹਨਾਂ ਦੀ, ਜਿੱਥੇ ਜਿੱਥੇ ਵੀ ਪਬਲਿਕ ਅਦਾਰੇ ਸੀ ਉੱਥੇ ਉਹਨਾਂ ਦੀ ਯੂਨੀਅਨ ਬਣਿਆ ਅਤੇ ਉਹਨਾਂ ਨੇ ਆਪਣਾ ਕੰਮ ਕੀਤਾ। ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਦਾ ਅਸੀਂ ਪ੍ਰਭਾਵਿਤ ਹੋਏ ਜਦੋਂ ਉਹ ਬਣੇ। ਉਹਨਾਂ ਨੇ ਉਸ ਵੇਲੇ ਬਹੁਤ, ਜਦੋਂ ਨਿਰੰਕਾਰੀ ਕਾਂਡ ਵਾਪਰਿਆ ਉਸ ਤੋਂ ਬਾਅਦ ਇਹ ਗੱਲ ਸਾਡੀ ਤੁਰਨੀ ਸ਼ੁਰੂ ਹੋਈ। ਨਿਰੰਕਾਰੀ ਕਾਂਡ ਦੇ ਵਿੱਚ ਜਦੋਂ ਉਹਨਾਂ ਨੇ ਨਿਰੰਕਾਰੀ ਕਾਂਡ ਦੇ ਵਿੱਚ ਆ ਕੇ 13 ਸਿੰਘ ਸ਼ਹੀਦ ਕਰ ਦਿੱਤੇ, ਸਰਕਾਰ ਦੀ ਛਹਿ ਦੇ ਕੀਤੇ, ਫਿਰ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਨਿਰੰਕਾਰੀ ਬਾਬੇ ਨੂੰ ਇੱਕ ਮੰਤਰੀ ਦੀ ਗੱਡੀ 'ਤੇ ਚੜ੍ਹਾ ਕੇ ਕਰਨਾਲ ਤੱਕ ਪਹੁੰਚਾਇਆ ਗਿਆ। ਈਵਨ ਉਹ ਕੇਸ ਵੀ ਜਿਹੜੇ 13 ਸਿੰਘਾਂ ਦੇ ਕਾਤਲ ਸੀਗੇ ਉਹਨਾਂ ਦਾ ਕੇਸ ਵੀ ਜਿਹੜਾ ਇੱਥੋਂ ਟ੍ਰਾਂਸਫਰ ਕਰਕੇ ਕਰਨਾਲ ਦੀ ਅਦਾਲਤ ਵਿੱਚ ਲਗਾਏ, ਉੱਥੇ ਜਾ ਕੇ ਉਹ ਬਰੀ ਕਰ ਦਿੱਤੇ ਗਏ, ਜਿਸ ਦਾ ਬਦਲਾ ਜਿਹੜਾ ਬਾਅਦ 'ਚ ਭਾਈ ਰਣਜੀਤ ਸਿੰਘ ਨੇ ਲਿਆ ਅਤੇ ਕੌਮ ਦਾ ਥੋੜ੍ਹਾ ਜਿਹਾ ਕੌਮ ਦਾ ਸਾਹ ਸੌਖਾ ਹੋਇਆ। ਅਤੇ ਮੈਂ ਸਮਝਦਾ ਕਿ ਉਸ ਵੇਲੇ ਫੈਡਰੇਸ਼ਨ ਦੀ ਨੌਜਵਾਨ ਪਨੀਰੀ ਨੂੰ ਤਿਆਰ ਕਰਨਾ ਬਹੁਤ ਜ਼ਰੂਰੀ ਸੀ, ਜਿਹੜਾ ਭਾਈ ਅਮਰੀਕ ਸਿੰਘ ਨੇ ਬਹੁਤ ਵੱਡਾ ਕੰਮ ਕੀਤਾ ਉਸ ਵੇਲੇ। ਭਾਈ ਅਮਰੀਕ ਸਿੰਘ ਦੀ ਸ਼ਖਸੀਅਤ ਆਪਣੀ ਸੰਤ ਬਾਬਾ ਕਰਤਾਰ ਸਿੰਘ ਹੋਣਾ ਦੇ ਕਰਕੇ, ਉਹਨਾਂ ਦੇ ਸਪੁੱਤਰ ਹੋਣ ਕਰਕੇ ਉਹਨਾਂ ਦਾ ਨਾਂ ਚੱਲਿਆ। ਉਹਨਾਂ ਦੀ ਆਪਣੀ ਸ਼ਖਸੀਅਤ ਸੀ, ਖਾਲਸਾ ਕਾਲਜ ਉਹ ਪੜ੍ਹਦੇ ਸੀ ਉਹ ਵੇਲੇ, ਅਤੇ ਖਾਲਸਾ ਕਾਲਜ ਦੇ ਵਿੱਚੋਂ ਵਿਦਿਆਰਥੀ ਉਹਨਾਂ ਨੂੰ ਮਿਲ ਗਏ, ਥੋੜ੍ਹਾ ਬਹੁਤ ਸਾਨੂੰ ਵੀ ਉੱਥੋਂ ਜਿੰਨਾ ਕੁ ਗੁਰਦਾਸਪੁਰ 'ਚੋਂ ਅਸੀਂ ਕਰ ਸਕਦੇ ਸੀ ਅਸੀਂ ਵੀ ਕੀਤਾ। ਉਹਦੇ ਨਾਲ ਅਸੀਂ ਥੋੜ੍ਹੇ ਤੋਂ ਸ਼ੁਰੂ ਕੀਤਾ ਅਤੇ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਸ ਵੇਲੇ। ਪੁਲਿਸ ਸਾਰੀ ਸਾਡੇ ਖਿਲਾਫ਼ ਹੋਈ, ਈਵਨ ਫੈਡਰੇਸ਼ਨ 'ਤੇ ਬੈਨ ਵੀ ਲੱਗਾ। ਅਸੀਂ ਕਈ ਵਾਰੀ ਮੈਨੂੰ ਕਾਲ 'ਚੋਂ ਚੁੱਕ ਕੇ ਲਗਾਏ, ਕਈ ਵਾਰੀ ਮੁਕਾਬਲੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਅਸੀਂ ਸਮਝਦੇ ਹਾਂ ਕਿ ਉਸ ਵੇਲੇ ਜਿਹੜੇ ਮੁੰਡੇ ਸੀ ਉਹ ਬਹੁਤ ਸਾਰੇ ਆਪਣੇ ਜਿਹੜੇ ਸਾਡਾ ਗਰੁੱਪ ਸੀਗਾ ਉਹ ਸੰਸੀਅਰ ਸੀਗਾ ਸਿੱਖੀ ਪ੍ਰਤੀ, ਅਤੇ ਸੰਤ ਬਾਬਾ ਜਰਨੈਲ ਸਿੰਘ ਦਾ ਆਸ਼ੀਰਵਾਦ ਸਾਡੇ ਸਿਰ 'ਤੇ ਸੀਗਾ, ਉਹ ਸਾਡੀ ਪਿੱਠ ਥਾਪੜਦੇ ਸੀਗੇ। ਜਦੋਂ ਵੀ ਕਿਤੇ ਮੈਨੂੰ ਚੁੱਕਦੇ ਸੀ ਜਾਂ ਕਿਤੇ ਪੁਲਿਸ ਲੈ ਜਾਂਦੀ ਸੀ ਤਾਂ ਸੰਤ ਬਾਬਾ ਜਰਨੈਲ ਸਿੰਘ ਹੋਣੀ, ਭਾਈ ਅਮਰੀਕ ਸੋਹਣੀ, ਇਹ ਸਾਰੇ ਮਗਰ ਆ ਕੇ ਕਰਦੇ ਸੀਗੇ ਸਾਰਾ ਕੰਮ। ਤਾਂ ਅਸੀਂ ਦੇਖਿਆ ਵੀ ਜਦੋਂ ਫੈਡਰੇਸ਼ਨ ਦਾ ਮੈਂ ਪਹਿਲੀ ਵਾਰੀ ਮੀਟਿੰਗ ਬਟਾਲੇ 'ਚ ਭਾਈ ਅਮਰੀਕ ਸਿੰਘ ਦੀ ਕਰਾਈ ਅਤੇ ਮੈਂ ਬਹੁਤ ਜਦੋਜਹਿਦ ਕਰਕੇ 42 ਵਿਦਿਆਰਥੀ ਇਕੱਠੇ ਕਰਨ 'ਚ ਕਾਮਯਾਬ ਹੋਇਆ। ਅਤੇ ਉਹਦੇ ਵਿੱਚ ਮੈਂ ਦੇਖਿਆ ਵੀ ਉਸ ਵੇਲੇ 42 ਬੰਦੇ ਇਕੱਠੇ ਕਰਨੇ ਵੀ ਸਾਡੇ ਵਾਸਤੇ ਇੱਕ ਵੱਡਾ ਮੋਰਚਾ ਸਰ ਕਰਨ ਦੇ ਬਰਾਬਰ ਸੀਗਾ। ਅਤੇ ਉਹ ਭਾਈ ਅਮਰੀਕ ਸਿੰਘ ਹੁਣੀ ਉੱਥੇ ਆਏ ਅਤੇ ਲੋਕਾਂ ਦੇ ਵਿਦਿਆਰਥੀਆਂ ਦੇ ਮਨ 'ਤੇ ਕਾਮਰੇਡਾਂ ਦਾ ਅਸਰ ਸੀਗਾ, ਹਥਿਆਰਾਂ ਦਾ ਅਸਰ ਸੀਗਾ, ਇਨਕਲਾਬ ਦਾ ਅਸਰ ਸੀਗਾ। ਉਹ ਇਨਕਲਾਬ ਸਾਡਾ ਜਿਹੜਾ ਸੀ, ਭਾਈ ਅਮਰੀਕ ਸਿੰਘ ਨੇ ਉਹ 5 ਕਾਰਾਂ 'ਤੇ ਲੈਕਚਰ ਸ਼ੁਰੂ ਕਰਤਾ। ਉਹ ਲੈਕਚਰ ਕਰਦਿਆਂ ਕਰਦਿਆਂ ਬਹੁਤ ਸਾਰੇ ਮੁੰਡੇ ਵਿੱਚੋਂ ਚਲੇ ਗਏ। ਉਸ ਵੇਲੇ ਮੈਨੂੰ ਲੱਗਿਆ ਵੀ ਮੇਰੀ ਬੇਇੱਜ਼ਤੀ ਵੀ ਹੋਈ ਉਸ ਵੇਲੇ ਥੋੜ੍ਹੀ ਜਿਹੀ, ਵੀ ਅਸੀਂ ਇਕੱਠੇ ਕੀਤੇ, ਪ੍ਰਧਾਨ ਸਾਡਾ ਕਹਿੰਦਾ ਤੇਰੇ ਬੰਦੇ ਉੱਠ ਕੇ ਚਲ ਗਏ ਯਾਰ ਸਾਰੇ। ਅਤੇ ਅਸੀਂ ਫਿਰ ਉਹ ਜੋ ਮੈਨੂੰ ਉਸ ਵੇਲੇ ਸੁੱਝਿਆ, ਮੈਂ ਕਿਹਾ ਜੀ ਸਾਨੂੰ ਇਹ ਮੁੰਡੇ ਇਹ ਗੱਲਾਂ ਤੁਹਾਨੂੰ ਤਿਆਰ ਤੁਹਾਡੇ ਜਾਣੀ ਆਏ, ਇਹ ਕੁਝ ਲੱਭਦੇ ਆ ਤੁਹਾਡੇ ਵਿੱਚੋਂ। ਅਤੇ ਉਹਨਾਂ ਫਿਰ ਮੈਨੂੰ ਉੱਥੇ ਜਦੋਂ ਮੈਂ 'ਤੇ ਸੱਦਿਆ ਤਾਂ ਮੈਂ 'ਤੇ ਸਾਡੀ ਗੱਲਬਾਤ ਹੋਈ ਸੰਤ ਜਰਨੈਲ ਸੋਹਣਾ ਨਾਲ। ਸੰਤ ਜਰਨੈਲ ਸੋਹਣੇ ਥਾਪੀ ਥੂਪੀ ਦਿੱਤੀ ਸਾਨੂੰ, ਜੱਫੀ ਪਾਈ, ਤੁਸੀਂ ਮੇਰੇ ਭਰਾ ਬਣ ਜਾਓ। ਉਹ ਇੱਦਾਂ ਦੀ ਉਹਨਾਂ ਨੇ ਗੱਲਾਂ ਗੁੱਲਾਂ ਕਰਕੇ ਸਾਨੂੰ ਉਹਨਾਂ ਨੇ ਆਪਣੇ ਵੱਲ ਅਟਰੈਕਟ ਕੀਤਾ। ਅਸੀਂ ਉੱਥੋਂ ਸਿਰ ਧੜ ਦੀ ਬਾਜ਼ੀ ਲਾ ਕੇ ਲੜੇ, ਫਿਰ ਫੈਡਰੇਸ਼ਨ ਦੀ ਮਤਲਬ ਸਿਰ ਧੜ ਦੀ ਬਾਜ਼ੀ ਲਾਈ। ਅਸੀਂ ਇੱਕ ਦਿਨ ਵੀ ਮੁੜ ਕੇ ਘਰ ਵਾਪਸ ਜਾਣ ਦਾ ਨਹੀਂ ਸੋਚਿਆ ਕਿ ਅਸੀਂ ਘਰ ਵਾਪਸ ਜਾਣਾ। ਅਸੀਂ ਲਗਾਤਾਰ ਫੈਡਰੇਸ਼ਨ ਦਾ ਕੰਮ ਕੀਤਾ ਅਤੇ ਫੈਡਰੇਸ਼ਨ ਨੂੰ ਬੁਲੰਦੀਆਂ 'ਤੇ ਲਗਾਏ। ਅਤੇ ਉਹ ਵੀ ਦਿਨ ਅਸੀਂ ਵੇਖੇ ਜਦੋਂ ਅਸੀਂ ਖਲੋਂਦੇ ਸੀ, ਫਿਰ 10-10 ਹਜ਼ਾਰ ਬੱਚਾ ਵੀ ਸਾਡੇ ਦੁਆਲੇ ਆ ਜਾਂਦਾ ਸੀ, ਵੀ ਇੱਕ ਘੰਟੇ 'ਚ ਅਸੀਂ 5-5 ਕਾਲਜਾਂ 'ਚ ਸਟ੍ਰਾਈਕ ਕਰਾਉਂਦੇ ਰਹੇ ਬਟਾਲੇ ਦੇ। ਜੇ ਤੁਸੀਂ ਦੱਸਿਆ ਕਿ ਪਹਿਲੀ 71 'ਚ 40 ਮਤਲਬ ਵਿਦਿਆਰਥੀ ਜੁੜੇ, ਬਾਅਦ 'ਚ 10-10 ਹਜ਼ਾਰ ਤੱਕ ਵੀ ਗ੍ਰਾਫ ਗਿਆ। ਇਹ ਲਾਲ ਸਲਾਮ ਤੋਂ, ਲਾਲ ਫਰੇਰਿਆਂ ਤੋਂ ਕੇਸਰੀ ਦੇ 17 ਵਾਲੇ ਸਫ਼ਰ ਜਿਹੜਾ ਆ, ਕੀ ਚੀਜ਼ ਸੀ ਜਿਹੜੀ ਖਿੱਚ ਲਿਆਈ ਇਸ ਪਾਸੇ ਵਿਦਿਆਰਥੀਆਂ? ਦੇਖੋ ਸਾਡਾ ਜਿਹੜਾ ਨਾ ਵਿਰਸਾ, ਸਾਡੇ ਵਿਰਸੇ ਦੇ ਵਿੱਚ ਬਹੁਤ ਤਾਕਤ ਹੈ ਦਸਵੇਂ ਪਾਤਸ਼ਾਹ ਦੀ। ਦਸਵੇਂ ਪਾਤਸ਼ਾਹ ਦਾ ਇੱਕ ਸਿਧਾਂਤ ਹੈ, ਉਹ ਸਿਧਾਂਤ ਨੂੰ ਜਿਹਨੇ ਚਾਰੇ ਪੁੱਤ ਵਾਰਿਆ ਸੀ ਉਹ ਸਿਧਾਂਤ ਵਿਦਿਆਰਥੀਆਂ ਨੂੰ ਦੱਸਿਆ। ਚਾਰ ਪੁੱਤਾਂ ਦਾ ਇਤਿਹਾਸ, ਚਾਰ ਸਾਹਿਬਜ਼ਾਦਿਆਂ ਦਾ ਇਤਿਹਾਸ ਜਦੋਂ ਸੁਣਾਉਣ ਦੀ ਗੱਲ ਕੀਤੀ
ਭਾਈ ਮਨੀ ਸਿੰਘ ਦਾ ਇਤਿਹਾਸ ਸੁਣਾਇਆ ਵਿਦਿਆਰਥੀਆਂ ਨੂੰ, ਜਦੋਂ ਬੰਦ ਬੰਦ ਕੱਟੇ ਜਾਣ ਦੀ ਗੱਲ ਕੀਤੀ, ਜਦੋਂ ਸੱਤ ਸੱਤ ਮਹੀਨੇ ਗੁਰਦਾਸ ਨੰਗਲ ਦੀ ਗੜੀ 'ਚ ਭੁੱਖੇ ਰਹਿ ਕੇ ਬਾਬੇ ਬੰਦੇ ਬਹਾਦਰ ਦਾ ਇਤਿਹਾਸ ਸੁਣਾਇਆ, ਸੰਤ ਜਰਨੈਲ ਸਿੰਘ ਦਾ ਸਾਨੂੰ ਥਾਪੜਾ ਹੋਣਾ ਟਕਸਾਲ ਦਾ, ਉਹਨਾਂ ਕੋਲ ਵੀ ਥੋੜ੍ਹੇ ਬਹੁਤੇ ਹਥਿਆਰ ਸੀਗੇ, ਸਾਡਾ ਡਰ ਜਿਹੜਾ ਅੰਦਰੋਂ ਚੁੱਕਿਆ ਗਿਆ ਕਿ ਵੀ ਅਸੀਂ ਕਾਮਰੇਡਾਂ ਨੂੰ ਤਗੜੇ ਹਾਂ, ਜਦੋਂ ਸਾਡਾ ਡਰ ਚੁੱਕਿਆ ਗਿਆ ਅਸੀਂ ਉਹਨਾਂ 'ਤੇ ਹਾਵੀ ਹੋ ਗਏ, ਅਤੇ ਉਸ ਹਾਵੀ ਹੋਣ ਦਾ ਕਾਰਨ ਸੀ ਕਿ ਲੋਕ ਸਾਡੇ ਵੱਲ ਅਟਰੈਕਟ ਹੋਏ, ਜਦੋਂ ਸਾਡੇ ਵੱਲ ਅਟਰੈਕਟ ਹੋਏ ਉਹਨਾਂ ਨੂੰ ਇੱਧਰੋਂ ਲੱਭਿਆ ਕੁਛ, ਅਤੇ ਪੰਜਾਬ ਦਾ ਵਿਰਸਾ ਤਾਂ ਸਿੱਖੀ ਪਹਿਲਾਂ ਚਾਹੁੰਦਾ ਸੀ, ਕਿਉਂਕਿ ਸਾਨੂੰ ਉਹਨਾਂ ਨੂੰ ਜਿਹੜੇ ਸਾਡੇ ਕਾਬਜ਼ ਲੋਕ ਸੀਗੇ ਉਹਨਾਂ ਨੇ ਉਹ ਸਿੱਖੀ ਖਤਮ ਕਰਤੀ ਸੀ, ਕਾਮਰੇਡਾਂ ਦਾ ਜ਼ੋਰ ਪੈ ਗਿਆ ਸੀ ਸਾਡੇ ਵੀ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ, ਅਸੀਂ ਦੇਖਿਆ ਵੀ ਕਾਮਰੇਡ ਜਿਹੜੇ ਬਾਅਦ 'ਚ ਫੈਡਰੇਸ਼ਨ 'ਚ ਵੀ ਆਏ ਸਾਡੇ ਕੋਲ, ਉਹ ਫੈਡਰੇਸ਼ਨ ਦੇ ਲੀਡਰ ਵੀ ਬਣੇ ਆ ਕੇ, ਕਈ ਆ ਕੇ ਵਿੱਚੋਂ ਕਈ ਅਕਾਲੀ ਦਲ ਯੂਥ ਅਕਾਲੀ ਦਲ ਦੇ ਪ੍ਰਧਾਨ ਬਣ ਕੇ ਆ ਕੇ ਕਾਮਰੇਡਾਂ 'ਚੋਂ, ਉਹ ਸਿਰਫ ਇਹ ਸੀ ਕਿ ਉਹ ਫੈਡਰੇਸ਼ਨ ਨੂੰ ਉੱਭਰਦਾ ਵੇਖ ਕੇ ਸਾਡੇ ਆਪਣੇ ਵੀ ਨਹੀਂ ਸੀ ਜਰਦੇ ਉਸ ਵੇਲੇ, ਜਦੋਂ ਫੈਡਰੇਸ਼ਨ ਉਭਾਰ 'ਚ ਆਈ ਤਾਂ ਮੁੜ ਕੇ ਸਾਡੇ ਆਪਣਿਆਂ ਨੂੰ ਵੀ ਬਹੁਤ ਨਫ਼ਰਤ ਕੀਤੀ, ਅਸੀਂ ਉਸ ਉਹ ਵੀ ਟਾਈਮ ਦੇਖਿਆ ਜਦੋਂ ਫੈਡਰੇਸ਼ਨ ਨੂੰ ਮਾਰਨ ਵਾਸਤੇ ਬਹੁਤ ਸਾਰੇ ਆਪਣੇ ਵੀ ਪੈ ਗਏ ਸਾਨੂੰ, ਪਰ ਕੁਦਰਤ ਨੇ ਖੇਡ ਐਸੀ ਬਣਾਤੀ ਕਿ ਭਾਈ ਮਰੀਕ ਸਿੰਘ ਦੀ ਸ਼ਖਸੀਅਤ, ਉਹਦੀ ਸ਼ਹੀਦੀ, ਉਹ ਸ਼ਹੀਦ ਹੋਣ ਦਾ ਪ੍ਰਣ, ਸੰਤ ਬਾਬਾ ਜਰਨੈਲ ਸਿੰਘ ਦਾ ਅਕਾਲ ਤਖ਼ਤ 'ਤੇ ਜੂਝ ਮਾਰਨ ਦਾ ਪ੍ਰਣ, ਅਤੇ ਭਾਈ ਮਰੀਕ ਸਿੰਘ ਦਾ ਉਹਨਾਂ ਦੇ ਨਾਲ ਭਰਾ ਬਣ ਕੇ ਉੱਥੇ ਰਹਿਣ ਦਾ ਪ੍ਰਣ ਜਿਹੜਾ ਸੀਗਾ, ਉਹਨੇ ਬਹੁਤ ਵੱਡੀ ਆਭਾਰ ਲਿਆਂਦਾ ਵਿਦਿਆਰਥੀਆਂ 'ਚ। ਕਾਮਰੇਡਾਂ ਵੱਲੋਂ ਕਿਵੇਂ ਦਾ ਚੈਲੇਂਜ ਦਿੱਤਾ ਜਾਂਦਾ ਸੀ? ਕਾਮਰੇਡਾਂ ਦਾ ਚੈਲੇਂਜ ਤਾਂ ਦੇਖੋ ਇਹੋ ਸੀ ਨਾ ਵੀ ਉਹਨਾਂ ਦੇ ਇੱਕ ਜੋ ਦਸਵੇਂ ਪਾਤਸ਼ਾਹ ਨੇ ਕਿਹਾ ਕਹਿੰਦੇ ਗੱਲਾਂ ਉਹ ਸੀ ਉਹ ਸਾਰੀਆਂ, ਪਰ ਉਹ ਕਹਿੰਦੇ ਆਪਣੇ ਤਰੀਕੇ ਨਾਲ ਸੀ, ਫਿਰ ਮਗਰੋਂ ਇਹ ਵੀ ਕਹਿ ਦਿੰਦੇ ਸੀ ਕਿ ਦਸਵੇਂ ਪਾਤਸ਼ਾਹ ਉੱਤੇ ਭੀਮ ਖਾਂਦੇ ਸੀ, ਦਸਵੇਂ ਪਾਤਸ਼ਾਹ 'ਤੇ ਆਪਣੇ ਇਹ ਉਹਨੂੰ ਤਰਕ ਦੇ ਵਿੱਚ ਲਿਆ ਕੇ ਵੀ ਨਹੀਂ ਇੱਦਾਂ ਬੰਦ ਬੰਦ ਕੱਟਿਆ ਨਹੀਂ ਜਾ ਸਕਦਾ ਕਿਸੇ ਦਾ, ਤਰਕ ਦੇ ਵਿੱਚ ਲਿਆ ਕੇ ਵੀ ਇੱਦਾਂ ਚਾਰ ਪੁੱਤ ਮਰਵਾ ਕੇ ਬੰਦਾ ਚੈਲੰਜ ਨਹੀਂ ਕਰ ਸਕਦਾ ਕਿਸੇ ਨੂੰ, ਉਹ ਉਹਨਾਂ ਦੇ ਇੱਕ ਤਰਕ ਸੀ ਕਿ ਉਹਨਾਂ ਨੇ ਸਿੱਖੀ ਅਤੇ ਵਿੱਚ ਸਿਧਾਂਤ ਸਿੱਖੀ ਦਾ ਵਰਤ ਕੇ ਅਤੇ ਗੱਲ ਆਪਣੀ ਬਣਾਉਣੀ ਚਾਹੁੰਦੇ ਸੀ। ਬਿਲਕੁਲ, ਉਹ ਫੈਡਰੇਸ਼ਨ ਨੇ ਉਹਦੇ ਵਿੱਚ ਜਾ ਕੇ ਡੱਕਾ ਲਾਤਾ, ਜਦੋਂ ਉੱਥੇ ਡੱਕਾ ਲਾਇਆ ਉਹ ਲੋਕ ਫੈਡਰੇਸ਼ਨ ਵਾਲੇ ਪਾਸੇ ਮੁੜ ਕੇ ਵਿਦਿਆਰਥੀ ਆਪਣੇ ਘਰ ਵਾਪਸੀ ਹੋ ਗਈ, ਜਦੋਂ ਘਰ ਵਾਪਸੀ ਹੋ ਗਈ ਸਿੱਖੀ ਦਾ ਬਾਹਰ ਹੋ ਗਿਆ। ਕੁਛ ਵੱਡੇ ਐਕਸ਼ਨ ਫੈਡਰੇਸ਼ਨ ਵੱਲੋਂ ਕੀਤੇ ਗਏ ਜਿਵੇਂ ਰੇਲਵੇ ਸਟੇਸ਼ਨ ਸਾੜਨ ਦਾ ਜਾਂ ਕਈ ਵੱਡੇ ਇਜਲਾਸ ਕੀਤੇ ਗਏ, ਇਹਦੇ ਬਾਰੇ ਜਿਹੜੀ ਹੈ ਥੋੜ੍ਹੀ ਜਾਣਕਾਰੀ। ਦੇਖੋ ਫੈਡਰੇਸ਼ਨ ਦਾ ਜਿਹੜਾ ਨਾ ਇਹ ਜਦੋਂ ਉਭਾਰ ਹੋਇਆ ਉਦੋਂ ਸੰਤ ਬਾਬਾ ਜਰਨੈਲ ਸਿੰਘ ਕੋਲ ਇੱਕ ਫੌਜੀਆਂ ਦਾ ਇੱਕ ਬੜਾ ਵੱਡਾ ਇਕੱਠ ਹੋਇਆ, ਹਰ ਵਰਗ ਚਾਹੁੰਦਾ ਸੀ ਕਿ ਉਦੋਂ ਅਸੀਂ ਉੱਥੇ ਜਾ ਕੇ ਉਸ ਸਖਸ਼ੀਅਤ ਦੇ ਦਰਸ਼ਨ ਕਰੀਏ ਜਦੋਂ ਮੋਰਚਾ ਲੱਗਾ। ਹਰ ਯੂਨੀਵਰਸਿਟੀ ਦਾ ਪ੍ਰੋਫੈਸਰ, ਹਰ ਯੂਨੀਵਰਸਿਟੀ ਦਾ ਸਟੂਡੈਂਟ, ਮੈਨੂੰ ਪਤਾ ਮੈਂ ਇੱਥੇ ਪੰਜਾਬੀ ਦੀ ਐਮਏ ਕਰਦਾ ਸੀ ਅਤੇ ਮੈਂ ਰੋਜ਼ ਬੱਚੇ ਮੇਰੇ ਨਾਲ ਜਾਂਦੇ ਸੀਗੇ ਸੰਤ ਜਰਨੈਲ ਸਿੰਘ ਦੇ ਦਰਸ਼ਨ ਕਰਨ ਵਾਸਤੇ ਮੋਰਚੇ ਦੌਰਾਨ, ਅਤੇ ਜਦੋਂ ਉੱਥੇ ਸਾਨੂੰ ਇੱਥੋਂ ਭਜਾ ਦਿੱਤਾ ਫਿਰ ਤਾਂ ਅਸੀਂ ਘੱਟ ਆਏ, ਨਹੀਂ ਤਾਂ ਲਾਅ ਵਾਲੇ ਸਟੂਡੈਂਟਸ, ਪੰਜਾਬੀ ਵਾਲੇ ਸਟੂਡੈਂਟਸ, ਦੂਜੇ ਡਿਪਾਰਟਮੈਂਟ ਸਟੂਡੈਂਟਸ, ਟੀਚਰਾਂ ਦੇ ਕੋਈ ਝਗੜੇ ਜਿਹੜੇ ਸੀਗੇ ਉਹ ਵੀ ਜਾ ਕੇ ਉੱਥੇ ਨਿਬੜਦੇ ਸੀਗੇ, ਸਾਡੀ ਯੂਨੀਵਰਸਿਟੀ ਦੇ ਕਾਮਰੇਡਾਂ ਦੇ ਝਗੜੇ ਵੀ ਉੱਥੇ ਜਾ ਕੇ ਨਿਬੜਨ ਲੱਗ ਗਏ। ਈਵਨ ਮੇਰੇ 'ਤੇ ਮਤਲਬ ਇੰਨੀ ਪਾਬੰਦੀ ਲਾਤੀ ਵੀ ਮੇਰੇ ਮੈਨੂੰ ਕੇਸਾਂ ਕਰਕੇ ਮੈਨੂੰ ਭਜਾਈ ਫਿਰਦੀ ਸੀ ਪੁਲਿਸ, ਅਤੇ ਮੇਰੇ ਇੱਕ ਪੇਪਰ 'ਚੋਂ ਨੰਬਰ 2 ਘੱਟ ਗਏ, ਯੂਨੀਵਰਸਿਟੀ ਨੇ 1300 ਸਟੂਡੈਂਟ ਨੂੰ ਗ੍ਰੇਸ ਮਾਰ ਦਿੱਤੀ 5 ਨੰਬਰ ਹੀ, ਅਤੇ ਮੈਨੂੰ ਇਕੱਲੇ ਨੂੰ ਛੱਡਤਾ ਵਿੱਚੋਂ। ਅੱਛਾ, ਵੀ ਇਹਨੂੰ ਇੱਥੋਂ ਕੱਢਣਾ ਯੂਨੀਵਰਸਿਟੀ 'ਚੋਂ ਕਿਸੇ ਤਰੀਕੇ ਨਾਲ। ਉਹਦਾ ਜਸਟਿਸ ਕੁਲਦੀਪ ਸੋਹਣਾ ਨੇ ਯੂਨੀਵਰਸਿਟੀ ਵੱਲੋਂ ਇਹ ਵਕੀਲ ਸੀਗੇ, ਉਹ ਵੀ ਅਸੀਂ ਇਹਨਾਂ ਨਾਲ ਵੀ ਗੱਲ ਕੀਤੀ ਵੀ ਤੁਸੀਂ ਦੱਸੋ ਸਾਡਾ ਕਸੂਰ ਇਹ 'ਚ ਕੀ ਆ, ਤਾਂ ਜਸਟਿਸ ਕੁਲਦੀਪ ਸਿੰਘ ਨੇ ਵੀ ਸਾਡੀ ਵਕਾਲਤ ਕੀਤੀ ਉਸ ਵੇਲੇ, ਫਿਰ ਉਹ ਸਾਡਾ ਕੇਸ ਨਹੀਂ ਨਿਬੜਿਆ, ਅਖੀਰ ਉਹ ਮੇਰੇ ਵਕੀਲ ਨੇ ਯੂਨੀਵਰਸਿਟੀ ਨੂੰ ਚੈਲੇਂਜ ਕੀਤਾ, ਇਹਨਾਂ ਨੂੰ ਸਾਨੂੰ ਦੇਣੇ ਪਏ ਨੰਬਰ, ਫਿਰ ਵੀ ਮੇਰਾ ਸਰਟੀਫਿਕੇਟ ਨਹੀਂ ਸੀ ਦਿੰਦੇ, ਫਿਰ ਯੂਨੀਵਰਸਿਟੀ ਦੇ ਆਪਸੀ ਝਗੜਾ ਪਿਆ ਟੀਚਰਾਂ ਦਾ ਅਤੇ ਅਥਾਰਟੀ ਦਾ, ਉਹ ਜਾ ਕੇ ਭਾਈ ਮਰੀਕ ਸਿੰਘ ਕੋਲ, ਸੰਤ ਜਰਨੈਲ ਸਿੰਘ ਕੋਲ ਨਿਬੜਿਆ, ਅਤੇ ਮੈਂ ਉੱਥੇ ਕਿਹਾ ਜੀ ਮੇਰਾ ਸਰਟੀਫਿਕੇਟ ਨਹੀਂ ਦੇ ਰਹੀ ਯੂਨੀਵਰਸਿਟੀ, ਤਾਂ ਸੰਤਾਂ ਨੇ ਕਿਹਾ ਪਹਿਲਾਂ ਸਰਟੀਫਿਕੇਟ ਲੈ ਕੇ ਉਹ ਫਿਰ ਗੱਲ ਕਰਾਂਗੇ ਤੁਹਾਡੇ ਨਾਲ, ਅਗਲੇ ਦਿਨ ਮੇਰਾ ਸਰਟੀਫਿਕੇਟ ਉੱਥੇ ਗਿਆ। ਮਤਲਬ ਇੱਦਾਂ ਦੀਆਂ ਜਿਹੜੀਆਂ ਦਿੱਕਤਾਂ ਸੀ ਸਾਨੂੰ ਸਟੂਡੈਂਟ ਵਿੱਚ ਜੀਵਨ 'ਚ ਆਉਂਦੀਆਂ ਸੀਗੀਆਂ, ਪਰ ਸਾਡੇ ਕੋਲ ਇੱਕ ਹੈਗਾ ਸੀਗਾ ਥੰਮ ਕਹਿ ਲਓ ਜਾਂ ਸਾਡੇ ਕੋਲ ਆਸਰਾ ਸੀ ਬੜਾ ਵੱਡਾ, ਅਤੇ ਜਿੰਨਾ ਚਿਰ ਮਗਰ ਕੋਈ ਹੋਵੇ ਨਾ ਉਹਨਾਂ ਚਿਰ ਜਥੇਬੰਦੀ ਕਾਰ ਚਲਾਉਣਾ, ਜਿੰਨਾ ਚਿਰ ਮੋਢਣਾ ਹੋਵੇ ਉਹਨਾਂ 'ਚ ਮੋਢ ਤੋਂ ਬਗੈਰ ਨਹੀਂ ਚੱਲਦੀ, ਜਿਹੜੀ ਮੂਵਮੈਂਟ ਉੱਜੜ ਗਈ ਸਿਰਫ ਸੰਤ ਜਰਨੈਲ ਸਿੰਘ ਦੇ ਭਾਈ ਮਰੀਕ ਸਿੰਘ ਦੇ ਸ਼ਹੀਦ ਹੋਣ ਕਰਕੇ ਉੱਜੜ ਗਈ, ਨਹੀਂ ਤਾਂ ਜਿਸ ਮੁਕਾਮ 'ਤੇ ਮੂਵਮੈਂਟ ਪਹੁੰਚ ਗਈ ਸੀਗੀ ਉੱਥੋਂ ਉਹਨੂੰ ਖਾਲਿਸਤਾਨ ਕਹਿ ਲਓ, ਉਹਨੂੰ ਆਪਣਾ ਘਰ ਕਹਿ ਲਓ, ਉਹਨੂੰ ਆਪਣਾ ਖਿੱਤਾ ਕਹਿ ਲਓ, ਉਸ ਖਿੱਤੇ 'ਤੇ ਰਾਜ ਕਰਨ ਦਾ ਸਾਡਾ ਸੁਪਨਾ ਪੂਰਾ ਹੋ ਸਕਦਾ ਸੀ ਜੇ ਕੁਦਰਤ ਉਹਨਾਂ ਨੂੰ ਹੋਰ ਥੋੜ੍ਹੀ ਉਮਰ ਦੇ। ਜਿਹੜੇ ਵੱਡੇ ਐਕਸ਼ਨ ਜਿਵੇਂ ਰੇਲਵੇ ਸਟੇਸ਼ਨ ਸਾੜਨ ਵਾਲੇ, ਦੇਖੋ ਜਿਹੜੇ ਬਾਰੇ ਫੈਡਰੇਸ਼ਨ ਦਾ ਕੋਈ ਐਕਸ਼ਨ ਇਹੋ ਜਿਹਾ ਨਹੀਂ ਸੀ ਕਿ ਅਸੀਂ ਦੇਸ਼ ਦੇ ਕਾਨੂੰਨ ਨੂੰ ਤੋੜਨਾ ਚਾਹੁੰਦੇ ਸੀ ਜਾਂ ਦੇਸ਼ ਦੇ ਸੰਵਿਧਾਨ ਦੇ ਵਿੱਚ ਨਹੀਂ ਸੀ ਰਹਿਣਾ ਚਾਹੁੰਦੇ, ਸਾਡੇ ਤਾਂ ਸਿਰਫ ਇੱਕ ਸਿੰਬੋਲਿਕ ਐਕਸ਼ਨ ਸੀਗੇ ਕਿ ਅਸੀਂ ਦੇਸ਼ ਦੇ ਜਿਹੜੇ ਸੁੱਤੇ ਹਾਕਮ ਨੇ ਉਹਨਾਂ ਦੇ ਕੰਨਾਂ 'ਤੇ ਜੂੰ ਨਹੀਂ ਸੀ ਸਰਕਦੀ, ਸਾਡੇ ਮੁੰਡੇ ਰੋਜ਼ ਮਾਰੇ ਜਾ ਰਹੇ ਸੀ, ਰੋਜ਼ ਇੰਟੈਰੋਗੇਟ ਹੋ ਰਹੇ ਸੀ, ਫੈਡਰੇਸ਼ਨ 'ਤੇ ਪਾਬੰਦੀ ਲਾ ਦਿੱਤੀ ਗਈ ਸੀ,
ਉਹਨਾਂ ਨੂੰ ਜਗਾਉਣ ਵਾਸਤੇ ਇੱਕ ਸਿੰਬੋਲਿਕ ਐਕਸ਼ਨ ਕੀਤਾ ਸੀ ਬਹੁਤ ਵੱਡਾ ਰੇਲਵੇ ਸਟੇਸ਼ਨ ਸਾੜਨ ਦਾ। ਉਹ ਸਾਡੇ ਫੈਡਰੇਸ਼ਨ ਦੇ ਲੀਡਰਾਂ ਨੇ ਸਿਆਣਪ ਕੀਤੀ ਉਦੋਂ, ਅਤੇ ਕਿਸੇ ਨੂੰ ਇਹ ਨਹੀਂ ਸੀ ਕਿਹਾ ਵੀ ਅਸੀਂ ਕਿਸੇ ਨੂੰ ਬੰਦਾ ਮਾਰਨਾ, ਕਿਸੇ ਨੂੰ ਹਥਿਆਰ ਨਹੀਂ ਸੀ ਦਿੱਤੇ, ਸਿਰਫ ਰੇਲਵੇ ਸਟੇਸ਼ਨਾਂ ਦਾ ਇਹ ਸੀ ਵੀ ਇਹ ਸੌਫਟ ਟਾਰਗੇਟ ਨੇ ਅਤੇ ਸੈਂਟਰ ਸਰਕਾਰ ਦਾ ਮਹਿਕਮੇ ਦੇ ਨੇ, ਅਤੇ ਉਹਦੇ ਨਾਲ ਸੈਂਟਰ ਦੇ ਕੰਨਾਂ 'ਤੇ ਜੂ ਸੜਕ ਹੋਊਗੀ ਵੀ ਸੈਂਟਰ ਦਾ ਐਡਾ ਵੱਡਾ ਮਹਿਕਮਾ, ਐਡਾ ਵੱਡਾ ਉਹਦਾ ਫਲਾਹ ਹੈ ਰੇਲਵੇ ਦਾ, ਅਤੇ ਉਹਦੇ 37 ਸਟੇਸ਼ਨ ਜਿਹੜੇ ਆ ਉਦੋਂ ਇੱਕੋ ਰਾਤ 'ਚ ਅਸੀਂ ਇੱਕ ਘੰਟੇ ਦੇ ਐਕਸ਼ਨ 'ਚ ਉਹ ਸਾੜੇ, ਅਤੇ ਉਹਦੇ ਨਾਲ ਦੁਨੀਆ ਲੈਵਲ 'ਤੇ ਸਾਰਾ ਇਹ ਜਿਹੜਾ ਗਰੀਲਾ ਵਾਰ ਦੀ ਜਿਹੜੀ ਗਰੀਲਾ ਵਾਰ ਦੀ ਕਹਿ ਸਕਦੇ ਹਾਂ ਕਿ ਜਿਹੜੀ ਹਿਸਟਰੀ ਸੀ ਉਹ ਦੁਹਰਾਈ ਗਈ, ਅਤੇ ਲੋਕਾਂ ਨੇ ਦੁਨੀਆ ਦੀਆਂ ਅਖਬਾਰਾਂ ਨੇ ਉਸ ਐਕਸ਼ਨ ਨੂੰ ਸਲਾਹਿਆ। ਫੈਡਰੇਸ਼ਨ ਦੇ ਇਜਲਾਸਾਂ 'ਤੇ ਕੁਝ ਸ਼ਖਸੀਅਤਾਂ ਅਸੀਂ ਬੋਲਦੇ ਹਾਂ, ਸੁਣਦੇ ਹਾਂ, ਵੀਡੀਓ ਆਮ ਮਿਲ ਜਾਂਦੀਆਂ ਨੇ, ਜਾਂ ਭਰਪੂਰ ਸਿੰਘ ਬਲਬੀਰ ਹੋਣੀ ਹੋ ਗਏ, ਸੁਖਜਿੰਦਰ ਸਿੰਘ ਖਹਿਰਾ, ਜਾਂ ਅਕਾਲੀ ਦਲ ਵੱਲੋਂ ਬੁਲਾਰੇ ਬੋਲਦੇ ਰਹੇ ਸੰਤ ਹਰਚੰਦ ਸਿੰਘ ਲੌਂਗੋਵਾਲ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਇਹਨਾਂ ਸ਼ਖਸੀਅਤਾਂ ਬਾਰੇ ਸਾਨੂੰ ਜ਼ਰੂਰ ਦੱਸੋ ਵੀ ਉਹ ਕਿਹੋ ਜਿਹੀ ਗੱਲ ਰੱਖਦੇ ਸੀ, ਮਤਲਬ ਜੋ ਉਸ ਸਮੇਂ ਮਾਹੌਲ ਬਣਦਾ ਸੀ ਫੈਡਰੇਸ਼ਨ ਦੇ ਇਜਲਾਸਾਂ ਦਾ। ਦੇਖੋ, ਫੈਡਰੇਸ਼ਨ ਜਦੋਂ ਆਭਾਰ ਆਉਂਦਾ ਨਾ ਕਿਸੇ ਜਥੇਬੰਦੀ ਦੇ ਵਿੱਚ, ਅਤੇ ਨੌਜਵਾਨਾਂ ਦੀ ਇੱਕ ਅਜਿਹੀ ਸ਼ਕਤੀ ਹੁੰਦੀ ਆ ਜਿਹਦੇ ਵੱਲ ਹਰ 50 ਸਾਲ ਤੋਂ ਉੱਪਰ ਵਾਲੇ ਬੰਦੇ ਦਾ ਮੂੰਹ ਹੁੰਦਾ ਵੀ ਇਹ ਕੁਛ ਕਰ ਸਕਦੇ ਆ, ਅਤੇ ਅੱਜ ਵੀ ਇਹੋ ਹੀ ਆ ਵੀ ਅੱਜ ਜੇ ਨੌਜਵਾਨ ਜਾਗਰਤੀ ਆ ਜਾਵੇ ਤਾਂ ਅਸੀਂ ਬਹੁਤ ਨੇੜੇ ਹਾਂ ਆਪਣੇ ਸੰਘਰਸ਼ ਦੇ, ਜੇ ਜਾਗਰਤੀ ਨਹੀਂ ਆਈ ਆਪਣੇ ਲਾਲਚ ਵਾਸ ਆਪਾਂ ਪਛਾਂ ਹੋ ਜਾਂਦੇ ਹਾਂ। ਉਹਦੇ ਨਾਲ ਇਹ ਵੀ ਉਦੋਂ ਫੈਡਰੇਸ਼ਨ 'ਚ ਭਾਰ ਇੰਨਾ ਆ ਗਿਆ ਵੀ ਜਦੋਂ ਫੈਡਰੇਸ਼ਨ ਦੇ ਵੱਡੇ ਇਜਲਾਸ ਹੋਣੇ ਸ਼ੁਰੂ ਹੋ ਗਏ, ਕਿੱਥੇ ਸਾਡੇ ਨਾਲ 100-200-300 ਬੰਦਾ ਨਹੀਂ ਸੀ ਮਿਲਦਾ, ਕਿੱਥੇ ਸਾਨੂੰ ਲੱਖ ਲੱਖ ਬੱਚੇ ਦਾ, ਮਤਲਬ ਮੈਨੂੰ ਆਪ ਪਤਾ 83 ਦਾ ਕੈਂਪ ਮੈਂ ਲਾਇਆ, 400 ਬੱਚੇ ਦਾ ਕੈਂਪ ਪਾਉਂਦਾ ਸਭ ਦਾ ਮੈਂ ਇੰਚਾਰਜ ਸੀ ਉਸ ਕੈਂਪ ਦਾ, ਅਤੇ ਉਸ ਕੈਂਪ 'ਚ ਦੱਸ ਦਿੰਦਾ ਕੈਂਪ ਸੰਤਾਂ ਨੇ ਬਹੁਤ ਸਾਡੀ ਉਦੋਂ ਵੀ ਸਪੋਰਟ ਕੀਤੀ, ਉੱਥੇ ਵੀ ਉੱਥੇ ਪੁਲਿਸ ਵੀ ਪਈ, ਉੱਥੇ ਵੀ ਸਹੀ ਬੱਚਿਆਂ ਨੂੰ ਬੜਾ ਸਾਂਭ ਕੇ ਰੱਖਿਆ, ਅਤੇ ਸਾਰ ਜ਼ਿਲ੍ਹੇ 'ਚੋਂ ਬੱਚੇ ਚੱਲ ਗਏ ਸੀ, ਜਿਹਨੇ ਮੈਂ ਨਹੀਂ ਚਾਹੁੰਦਾ, ਮੈਂ 300 ਬੱਚੇ ਦਾ ਅਰੇਂਜ ਕੀਤਾ ਸੀ, ਸਾਨੂੰ 400 ਬੱਚਾ ਮਿਲਿਆ ਉਦੋਂ ਕੈਂਪ ਵਾਸਤੇ ਧੱਕੇ ਨਾਲ, ਅਤੇ ਉਹਦੇ ਵਿੱਚ ਬਹੁਤ ਕੁਛ ਸਿੱਖਣ ਨੂੰ ਸਾਨੂੰ ਮਿਲਦਾ ਸੀ ਕੈਂਪਾਂ, ਮੈਂ ਬਹੁਤ ਸਾਰੇ ਆਪਣੀ ਜ਼ਿੰਦਗੀ 'ਚ ਫੈਡਰੇਸ਼ਨ ਦੇ ਕੈਂਪ ਲਾਏ, ਬੜੇ ਅਨੰਦਪੁਰ ਸਾਹਿਬ, ਭੌਂਡਾ ਸਾਹਿਬ, ਹੋਰ ਕਈ ਥਾਵਾਂ 'ਤੇ, ਅਤੇ ਉਹਨਾਂ ਕੈਂਪਾਂ ਦੇ ਵਿੱਚੋਂ ਬੱਚੇ ਨਿਕਲੇ, ਅਤੇ ਉਹਨਾਂ ਦੇ ਵਿੱਚ ਸ਼ਖਸੀਅਤਾਂ ਦਾ ਜੀ ਕਰਦਾ ਸੀ, ਜਿਹੜੇ ਬੰਦੇ ਦੇ ਅੰਦਰ ਕੁਛ ਹੁੰਦਾ ਨਾ, ਮੇਰੇ ਅੰਦਰ ਕੁਛ ਹੈਗਾ ਅਤੇ ਮੈਨੂੰ ਮੌਕਾ ਨਹੀਂ ਮਿਲ ਰਿਹਾ ਕਿਤੇ ਕੱਢਣ ਦਾ ਬਾਹਰ, ਅਤੇ ਉਹ ਫਿਰ ਉਹ ਸੋਚਦੇ ਸੀ ਵੀ ਜੇ ਫੈਡਰੇਸ਼ਨ ਦੇ ਵਾਲੇ ਸਾਨੂੰ ਝੱਲ ਲੈਣ ਤਾਂ ਅਸੀਂ ਉੱਥੇ ਜਾ ਕੇ ਬੋਲੀਏ ਤਾਂ ਸਾਡੀ ਗੱਲ ਵੱਡੀ ਬਣਦੀ ਆ, ਅਤੇ ਉਹ ਉਸੇ ਤਰ੍ਹਾਂ ਹੀ ਫਿਰ ਇਹ ਜਿਹੜੇ ਸਰਦਾਰ ਸੁਖਜਿੰਦਰ ਸੋਹਣੀ ਸੀ, ਜਿਹੜੇ ਸੰਤ ਬਾਬਾ ਜਰਨੈਲ ਸਿੰਘ ਪ੍ਰਤੀ ਸੌਫਟ ਕਾਰਨਰ ਰੱਖਦੇ ਸੀਗੇ ਅਕਾਲੀ ਦਲ 'ਚ ਹੁੰਦਿਆਂ ਵੀ, ਅਤੇ ਸਰਦਾਰ ਭਰਪੂਰ ਸਿੰਘ ਬਲਬੀਰ ਜਿਹੜੇ ਉਹਦੇ ਐਡੀਟਰ ਸੀਗੇ ਅਕਾਲੀ ਪੱਤਰਿਕਾ ਦੇ, ਉਹਨਾਂ ਦਾ ਵੀ ਸੀਗਾ ਵੀ ਅਸੀਂ, ਉਹ ਬਹੁਤ ਵਿਦਵਾਨ ਸੀਗੇ, ਬੁਲਾਰੇ ਬਹੁਤ ਵਧੀਆ ਸੀਗੇ, ਅਤੇ ਉਹ ਆ ਕੇ ਜਦੋਂ ਬੋਲਦੇ ਸੀ ਫਿਰ ਸਾਡੇ 'ਚ ਵੀ ਸਾਡਾ ਵੀ ਖੂਨ ਖੌਲਦਾ ਸੀ ਉਸ ਵੇਲੇ, ਸਾਨੂੰ ਉਸਦੇ ਬੁਲਾਰਿਆਂ ਦੀ ਬਹੁਤ ਜ਼ਰੂਰਤ ਸੀਗੀ, ਅਤੇ ਉਹ ਵੱਡੀਆਂ ਸ਼ਖਸੀਅਤਾਂ ਆਉਂਦੀਆਂ ਸੀ, ਲੌਂਗੋਵਾਲ ਸਾਹਿਬ ਵੀ ਬੋਲਦੇ ਰਹੇ, ਟੋਹਰਾ ਸਾਹਿਬ ਵੀ ਬੋਲਦੇ ਰਹੇ ਆ ਕੇ, ਹਰ ਇਜਲਾਸ ਵਿੱਚ ਸਾਡੇ ਅਸੀਂ ਸੰਤ ਜਰਨੈਲ ਸੋਹਣੀ ਵੀ ਜਾਂਦੇ ਰਹੇ ਆ, ਕਥਾ ਵੀ ਕਰਦੇ ਰਹੇ, ਇਜਲਾਸ ਲੰਬਾ ਵੀ ਚੱਲਦਾ ਰਿਹਾ ਸਾਡੇ, ਤਿੰਨ ਦਿਨ ਦੇ ਵੀ ਅਸੀਂ ਇਜਲਾਸ ਕੀਤੇ ਆ, ਅਤੇ ਉਹਨਾਂ ਇਜਲਾਸਾਂ 'ਚ ਫਿਰ ਸ਼ਖਸੀਅਤਾਂ ਦਾ ਆਭਾਰ ਹੋਣਾ ਲਾਜ਼ਮੀ ਸੀਗਾ ਕਿਉਂਕਿ ਅਗਲੇ ਬੰਨੇ ਆਡੀਅੰਸ ਮਿਲ ਜਾਂਦੀ ਸੀ। ਹੁਣ ਅਸੀਂ ਜੂਨ 84 ਦਾ ਜਿਹੜਾ ਹਮਲਾ ਆਇਆ ਉਸ ਪੱਖ 'ਤੇ ਆਉਂਦੇ ਹਾਂ, ਤੁਸੀਂ ਦਰਬਾਰ ਸਾਹਿਬ ਕਦੋਂ ਜਾ ਕੇ ਪੱਕੇ ਟਿਕੇ, ਮਤਲਬ ਕੀ ਹਾਲਾਤ ਬਣੇ ਵੀ ਤੁਸੀਂ ਉੱਥੇ ਭਾਈ ਅਮਰੀਕ ਸਿੰਘ ਹੋਣਾਂ ਦੇ ਨਾਲ ਵੀ ਉੱਥੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਾਂ ਉੱਥੇ ਰਹਿਣ ਲੱਗੇ? ਸਾਡਾ ਆਉਣ ਜਾਣ ਬਣਿਆ ਸੀ ਜਦੋਂ ਭਾਈ ਅਮਰੀਕ ਸਿੰਘ ਦੀ ਗ੍ਰਿਫਤਾਰੀ ਹੋਈ ਨਾ ਪਹਿਲੀ ਵਾਰ 82 'ਚ, ਉਸ ਦਿਨ ਤੋਂ ਬਾਅਦ 10 ਦਿਨ ਬਾਅਦ ਮੇਰੀ ਗ੍ਰਿਫਤਾਰੀ ਹੋ ਗਈ। ਅਸੀਂ ਇੱਕ ਹੜਤਾਲ ਕੀਤੀ 10 ਅਗਸਤ ਦੀ ਸ਼ਾਇਦ, ਅਤੇ ਉਦੋਂ ਮੈਨੂੰ ਬਟਾਲੇ ਤੋਂ ਚੁੱਕ ਲਿਆ ਗਿਆ, ਮੈਂ ਚਾਰ ਸੀ ਗੁਰਦਾਸਪੁਰ ਦਾ, ਉੱਥੋਂ ਚੁੱਕ ਕੇ ਅਤੇ ਮੈਨੂੰ ਗਾਇਬ ਕਰਤਾ ਗਿਆ। ਮੇਰੇ ਪਿਤਾ ਜੀ ਸਿਆਸੀ ਹੈਗੇ ਸੀਗੇ, ਉਹਨਾਂ ਨੇ ਭੱਜ ਨੱਠ ਕੀਤੀ, ਹਾਈਕੋਰਟ 'ਚ ਹੈਬਿਸ ਕਾਰਪਸ ਪਾਤੀ, ਉਹ ਸਾਰੇ ਪੰਜਾਬ ਦੇ ਥਾਣੇ ਵੀ ਚੈੱਕ ਕਰ ਲਏ, ਮੈਂ ਲੱਭਿਆ ਨਹੀਂ। ਸੰਤ ਜਰਨੈਲ ਸੋਹਣੀ ਪਿਆਰ ਕਰਦੇ ਸੀ ਮੇਰੇ ਨਾਲ, ਭਾਈ ਅਮਰੀਕ ਸਿੰਘ ਪਿਆਰ ਕਰਦੇ, ਭਾਈ ਅਮਰੀਕ ਸੁੰਦਰ ਸੀਗੇ, ਸੰਤ ਜਰਨੈਲ ਸੋਹਣਾ ਵੀ ਕੋਸ਼ਿਸ਼ ਕੀਤੀ, ਨਹੀਂ ਮਿਲਿਆ। ਜਿਸ ਦਿਨ ਮੇਰਾ ਮੁਕਾਬਲਾ ਬਣਾਉਣ ਦੀ ਇਹਨਾਂ ਨੇ ਸਕੀਮ ਬਣਾ ਲਈ ਅਤੇ ਸ਼ੋਅ ਕਰਤਾ ਵੀ ਇਹਨੂੰ ਮਾਰਤਾ ਗਿਆ, ਉਸ ਦਿਨ ਸੰਤ ਬਾਬਾ ਜਰਨੈਲ ਸਿੰਘ ਨੂੰ ਕਿਸੇ ਪੁਲਿਸ ਅਫਸਰ ਨੇ ਆ ਕੇ ਦੱਸਿਆ ਕੰਨ 'ਚ ਵੀ ਉਹ ਮਾਰਿਆ ਨਹੀਂ, ਰਾਤ ਨੂੰ ਮਾਰਨਗੇ, 5 ਵਜੇ ਦਾ ਟਾਈਮ ਹੋਊਗਾ, ਸੰਤਾਂ ਨੇ ਸਟੇਜ 'ਤੇ ਬੋਲਣਾ ਸੀ ਅਜੇ ਮੰਜੀ ਸਾਹਿਬ ਦੀ, ਅਤੇ ਲੌਂਗੋਵਾਲ ਸਾਹਿਬ ਵੀ ਉੱਥੇ ਬੈਠੇ ਸੀ। ਉਦੋਂ ਕਿਸੇ ਨੇ ਉਹਦਾ ਸੰਤਾਂ ਨੇ ਫਿਰ ਉੱਥੇ ਐਲਾਨ ਕੀਤਾ ਵੀ ਸਾਡਾ ਬੰਦਾ ਜੇ ਮਾਰਿਆ ਨਹੀਂ, ਜੇ ਹੁਣ ਮਾਰਿਆ ਤਾਂ ਫਿਰ ਅਸੀਂ ਕੁਛ ਵੀ ਕਰਨ ਲਈ ਤਿਆਰ ਹੋਵਾਂਗੇ। ਅਤੇ ਫਿਰ ਲੌਂਗੋਵਾਲ ਸਾਹਿਬ ਨੇ ਇੰਦਰਾ ਗਾਂਧੀ ਨੂੰ ਫੋਨ ਕਰਕੇ ਉੱਥੇ ਬਹਿ ਕੇ ਸੰਤਾਂ ਦੇ ਕੋਲ, ਅਤੇ ਉਹਨੂੰ ਕਿਹਾ ਵੀ ਸਾਡਾ ਬੰਦਾ ਮਰਿਆ ਨਹੀਂ, ਉਹਨਾਂ ਨੇ ਗਵਰਨਰ ਨੂੰ ਕਿਹਾ ਕਿਤੇ ਮੈਨੂੰ ਛਡਵਾਇਆ, ਅਤੇ ਪਰ ਰਾਤ ਮੈਨੂੰ ਇਸ ਉੱਥੋਂ ਪਤਾ ਨਹੀਂ ਇੱਧਰ ਕਦੰਬ ਨੰਗਲ ਅਜਨਾਲੇ ਵਾਲੇ ਕੁਛ ਉੱਥੇ ਲਗੇ ਸੀਗੇ, ਉੱਥੋਂ ਗੁਰਦਾਸਪੁਰ ਗਏ, ਗੁਰਦਾਸਪੁਰ ਤੋਂ ਬਾਅਦ 'ਚ ਉਸੇ ਵੇਲੇ ਉਹ SSP
ਦਾ ਕੇਡਰ ਬਦਲ ਕੇ ਪਤਾ ਨਹੀਂ ਕਿੱਥੇ ਭੇਜਿਆ ਉਹ ਵੀ ਸੀਗਾ ਐਸ ਐਸ ਪੀ ਸਾਡੇ ਉਹ ਤਾਂ ਬਾਅਦ 'ਚ ਆਇਆ ਨਹੀਂ ਪੰਜਾਬ 'ਚ ਅਤੇ ਮੈਨੂੰ ਸਵੇਰੇ 4 ਵਜੇ ਸਾਡੇ ਸੀਤਾ ਨਿਵਾਸ ਹੋਟਲ ਸੀ ਬਾਹਰਲੇ ਬੰਨੇ ਸਰਾਂ ਦੇ ਉੱਥੇ ਪੁਲਿਸ ਦੀ ਜਿਪਸੀ ਸੁੱਟ ਕੇ ਅਤੇ ਭੱਜ ਗਈ ਅਤੇ ਉਹ ਫਿਰ ਅੰਦਰ ਫੈਡਰੇਸ਼ਨ ਵਾਲੇ ਮੁੰਡਿਆਂ ਨੂੰ ਪਤਾ ਲੱਗ ਗਿਆ ਵੀ ਹੈਗਾ ਲੱਤਾਂ ਲੁੱਤਾਂ ਮੇਰੀਆਂ ਬੜੀਆਂ ਭੰਨੀਆਂ ਭੁੰਨੀਆਂ ਸੀ ਉਹ ਵੇਲੇ ਉਹ ਚੌਕੇ ਲੱਗੇ ਸੰਤਾਂ ਕੋਲ ਸੰਤਾਂ ਕੋਲ ਜਾ ਕੇ ਮੇਰਾ ਵੀ ਰੋਣ ਨਿਕਲ ਗਿਆ ਅਤੇ ਉਹ ਮੈਨੂੰ ਸਗੋਂ ਤਾਪੀ ਦੇ ਕਹਿੰਦੇ ਵੀ ਹੁਣ ਤੇਰਾ ਕਸ਼ਟ ਟਲ ਗਿਆ ਕੋਈ ਗੱਲ ਨਹੀਂ ਹੁਣ ਨਹੀਂ ਮਰਦਾ ਕਿ ਅਤੇ ਉਸ ਵੇਲੇ ਮੈਨੂੰ ਸਰੋਵਰ 'ਚ ਭੇਜਿਆ ਸਰੋਵਰ 'ਚ ਇਸ਼ਨਾਨ ਕਰਨ ਬੰਦੇ ਨਾਲ ਲੱਗੇ ਚੌਕੇ ਲਗੇ ਨਾ ਕਰਕੇ ਮੱਥਾ ਟਕਾ ਕੇ ਸੰਤਾਂ ਨੇ ਆਪ ਦੁੱਧ ਪਿਆਇਆ ਫਿਰ ਮੇਰੇ 'ਤੇ ਪਾਬੰਦੀ ਲਾ ਤੀ ਵੀ ਇੱਕ ਮਹੀਨਾ ਤੋਂ ਕਿਤੇ ਨਹੀਂ ਜਾਏਗਾ ਹੁਣ ਉਸ ਕਮਰੇ 'ਚ ਰਹੇਗਾ ਹੁਣ ਸਰਾਂ 'ਚ ਕਮਰਾ ਦਿੱਤਾ ਉੱਥੇ ਰਹੇ ਉੱਥੋਂ ਮੁੜ ਕੇ ਸਾਰੀਆਂ ਸਰਗਰਮੀਆਂ ਚੱਲਦੀਆਂ ਰਹੀਆਂ ਅਤੇ ਜਦੋਂ ਇਹ ਇੰਦਰਾ ਗਾਂਧੀ ਪਲੈਨਿੰਗ ਬਣਾ ਰਹੀ ਸੀ ਪਹਿਲਾਂ ਤੋਂ ਹੀ ਕਿ ਮੈਂ ਸਿੱਖਾਂ ਕੋਲੋਂ ਐਮਰਜੈਂਸੀ ਦਾ ਬਦਲਾ ਵੀ ਲੈਣਾ ਜਿਹੜੀ ਪਲੈਨਿੰਗ ਸੀ ਉਹਦੀ ਐਮਰਜੈਂਸੀ ਵਾਲੇ ਦਿਨ ਤੋਂ ਸ਼ੁਰੂ ਸੀਗੀ ਅਤੇ ਉਹ ਹੈ ਤਾਂ ਅਕਾਲੀ ਦਲ ਦੀ ਸੀ ਪਲੈਨਿੰਗ ਪਰ ਸੰਤ ਬਾਬਾ ਜਰਨੈਲ ਸਿੰਘ ਕੋਲ ਕੌਮ ਦਾ ਕੰਟਰੋਲ ਸਾਰਾ ਆ ਚੁੱਕਾ ਸੀ ਉਹ ਸੰਤਾਂ ਨੂੰ ਉੱਥੋਂ ਕੱਢਣਾ ਚਾਹੁੰਦੀ ਸੀਗੀ ਅਤੇ ਉਸਦੇ ਬਹਾਨੇ ਨਾਲ ਉਹ ਦਰਬਾਰ ਸਾਹਿਬ ਸਾਡਾ ਢਾਉਣਾ ਚਾਹੁੰਦੀ ਸਾਨੂੰ ਸੇਵਕ ਸਿਖਾਉਣਾ ਚਾਹੁੰਦੀ ਸੀ ਉਹਨੇ ਆਪਣੀ ਪਲੈਨਿੰਗ ਕਰਕੇ ਉਸ ਤੋਂ ਪਹਿਲਾਂ 6 ਮਹੀਨੇ ਇੰਗਲੈਂਡ ਦੀ ਕਮਾਂਡੋ ਨੇ ਟ੍ਰੇਨਿੰਗ ਦਿੱਤੀ ਇਲਾਹਾਬਾਦ ਕਿਲ੍ਹਾ ਬਣਾ ਕੇ ਉਹਦੀ ਟ੍ਰੇਨਿੰਗ ਦਰਬਾਰ ਸਾਹਿਬ ਬਣਾ ਕੇ ਟ੍ਰੇਨਿੰਗ ਦਿੱਤੀ ਫੌਜ ਨੂੰ ਇੱਥੇ ਉਹਨਾਂ ਨੇ ਜਿਹੜਾ ਹਮਲਾ ਕੀਤਾ ਉਸ ਹਮਲੇ ਦੇ ਉਹਨਾਂ ਨੇ ਆਪਣੀ ਪੂਰੀ ਪ੍ਰੀ ਪਲੈਨਡ ਕੀਤਾ ਕਦੋਂ ਤੋਂ ਮਹਿਸੂਸ ਹੋਣ ਲੱਗਾ ਆਪਣੇ ਇੱਥੇ ਸਰਕਲ ਦੇ ਵਿੱਚ ਜਿਵੇਂ ਤੁਸੀਂ ਰਹੇ ਹੋ ਬਹੁਤ ਕਰੀਬੀ ਵੀ ਹਮਲਾ ਹੋਏਗਾ ਜਿਹੜਾ ਅਤੇ ਤਿਆਰੀ ਕਦੋਂ ਤੋਂ ਜਿਹੜੀ ਵਿੱਢੀ ਗਈ ਉਸ ਚੀਜ਼ ਬਿਲਕੁਲ 83 ਦੇ ਅੱਧ 'ਚ ਸਮਝ ਲੱਗਣ ਲੱਗ ਗਈ ਸੀ ਕਿ ਸੰਤਾਂ ਨੇ ਜਦੋਂ ਕਹਿਤਾ ਵੀ ਮੇਰਾ ਮਤਲਬ ਇੱਥੋਂ ਸਰੀਰ ਤਾਂ ਜਾ ਸਕਦਾ ਮਰ ਕੇ ਪਰ ਅਕਾਲ ਤਖ਼ਤ ਛੱਡ ਕੇ ਜੇ ਕਿਸੇ ਨੇ ਹਮਲਾ ਕੀਤਾ ਤਾਂ ਅਸੀਂ ਉਹਦਾ ਲੋਹੇ ਦੇ ਚਣੇ 'ਚ ਬਾਹਵਾਂਗੇ ਜੋ ਸੰਤ ਲੈਕਚਰ ਕਰਨ ਲੱਗ ਗਏ ਸਾਨੂੰ ਉਦੋਂ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀ ਵੀ ਸੰਤ ਜਿਹੜੇ ਆ ਇੰਨਾ ਗਰਮ ਲੈਕਚਰ ਕਰਨ ਲੱਗ ਗਏ ਆ ਸਰਕਾਰ ਦੇ ਖਿਲਾਫ਼ ਬੋਲਦੇ ਆ ਅਤੇ ਇਹਦਾ ਪਿੱਛੇ ਇਹਦਾ ਮਤਲਬ ਕੋਈ ਨਾ ਕੋਈ ਕਹਾਣੀ ਜ਼ਰੂਰ ਚੱਲ ਰਹੀ ਆ ਸੰਤਾਂ ਨੇ ਵਾਰ ਵਾਰ ਕਹਿਣਾ ਕਿ ਜੇ ਕਿਸੇ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤਾਂ ਉਹਨੂੰ ਲੋਹੇ ਦੇ ਚਣੇ ਜੂਹ 'ਚ ਪਾ ਕੇ ਭੇਜਾਂਗੇ ਉਹ ਜਿਹੜੀ ਸੀ ਨਾ ਅੰਦਰ ਇੱਕ ਗੱਲ ਭਾਈ ਅਮਰੀਕ ਸਿੰਘ ਦਾ ਰਿਹਾ ਹੋ ਕੇ ਆ ਜਾਣਾ ਅਤੇ ਮੁੜ ਕੇ ਉੱਥੇ ਇਕੱਠੀਆਂ ਸੁਲ੍ਹਾ ਗੱਲਾਂ ਕਰਨੀਆਂ ਫੌਜੀਆਂ ਦਾ ਕੈਂਪ ਲੱਗਣਾ ਜਨਰਲ ਸਵੇਖ ਸਿੰਘ ਦਾ ਉੱਥੇ ਆ ਜਾਣਾ ਅਤੇ ਉਸ ਵੇਲੇ ਸਾਨੂੰ ਲੱਗਦਾ ਸੀ ਕਿ ਅਸੀਂ ਭਾਵੇਂ ਛੋਟੇ ਸੀ ਪਰ ਇੰਝ ਲੱਗਦਾ ਸੀ ਕਿ ਪਿੱਛੇ ਇਹਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੋਊਗੀ ਅਤੇ ਜਿਹਦੇ ਵਾਸਤੇ ਕੌਮ ਨੂੰ ਤਿਆਰ ਕੀਤਾ ਜਾ ਰਿਹਾ ਤਾਂ ਸੰਤਾਂ ਨੇ 83 ਦੇ ਵਿੱਚ ਆਪਣਾ ਸ਼ੁਰੂ ਕਰ ਲਿਆ ਸੀ ਅਤੇ ਜਦੋਂ 84 ਸ਼ੁਰੂ ਹੋਈ ਆ ਜਿੱਦਣ ਪਹਿਲੇ ਦਿਨ ਹੀ CRP ਨਾਲ ਗੋਲੀ ਚੱਲੀ ਆ ਉਦੋਂ ਸਾਡੇ 11 ਸਿੰਘ ਸ਼ਹੀਦ ਹੋ ਗਏ ਉੱਥੇ 1 ਤਰੀਕ ਨੂੰ ਉਸ ਤੋਂ ਬਾਅਦ ਤਾਂ ਫਿਰ ਪੱਕਾ ਸੀਗਾ ਜਨਰਲ ਸਵੇਖ ਸਿੰਘ ਕਦੋਂ ਆਏ ਅਤੇ ਕਿਵੇਂ ਦੀ ਤਿਆਰੀ ਜਿਹੜੀ ਉਹਨਾਂ ਨੇ ਉੱਥੇ ਵਿੱਢੀ ਤੁਸੀਂ ਸਾਰਾ ਕੁਛ ਅੱਖੀਂ ਦੇਖਿਆ ਜਨਰਲ ਸਵੇਖ ਸਿੰਘ ਵੇਖੋ ਜਨਰਲ ਸਵੇਖ ਸਿੰਘ ਬਹੁਤ ਇਮਾਨਦਾਰ ਇਨਸਾਨ ਸੀਗਾ ਅਤੇ ਬਹੁਤ ਯੋਧਾ ਸੀਗਾ ਹਿੰਦੁਸਤਾਨ ਦੀ ਵਾਸਤੇ ਬੰਗਲਾਦੇਸ਼ ਦੀ ਆਜ਼ਾਦੀ ਵਾਸਤੇ ਜਨਰਲ ਸਵੇਖ ਸਿੰਘ ਦਾ ਇੱਕ ਬਹੁਤ ਅਹਿਮ ਰੋਲ ਆ ਉਹਨੂੰ ਹਿੰਦੁਸਤਾਨ ਦੀਆਂ ਫੌਜਾਂ ਨੇ ਹਿੰਦੁਸਤਾਨ ਦੀ ਹਕੂਮਤ ਨੇ ਇਗਨੋਰ ਕੀਤਾ ਈਵਨ ਚੋਰੀ ਦਾ ਪਰਚਾ ਉੱਤੇ ਦਰਜ ਕੀਤਾ ਐਡੇ ਵੱਡੇ ਜਰਨੈਲ ਦੇ ਉੱਤੇ ਈਵਨ ਉਹ ਜੰਗ ਸਾਰੀ ਜਿੱਤੀ ਸੀਗੀ ਜਨਰਲ ਸਵੇਖ ਸਿੰਘ ਨੇ ਉਹਨੂੰ ਕਿਸੇ ਹੋਰ ਖਾਤੇ 'ਚ ਪਾ ਕੇ ਅਵਾਰਡ ਕਿਸੇ ਹੋਰ ਨੂੰ ਦਿੱਤੇ ਗਏ ਉਹ ਤੋਂ ਦੁਖੀ ਸੀਗਾ ਅਤੇ ਉਹਨੂੰ ਲੱਗਿਆ ਵੀ ਮੈਂ ਸੰਤ ਜਰਨੈਲ ਸਿੰਘ ਕੋਲ ਆ ਕੇ ਸੇਫ ਹੋ ਸਕਦਾ ਮੇਰੀ ਮਤਲਬ ਜਿਹੜੀ ਕੁਰਬਾਨੀ ਦਾ ਮੁੱਲ ਇੱਥੇ ਪੈ ਸਕਦਾ ਉਹਨੂੰ ਇੱਕ ਕੌਮ ਦਾ ਅੰਦਰ ਜਜ਼ਬਾ ਜਦੋਂ ਸੰਤਾਂ ਕੋਲ ਆਇਆ ਉਹ ਸੰਤਾਂ ਦਾ ਹੋ ਕੇ ਰਹਿ ਗਿਆ ਅਤੇ ਸੰਤਾਂ ਕੋਲ ਫਿਰ ਉਹ ਬਹਿ ਗਿਆ ਆ ਕੇ ਫਿਰ ਸੰਤਾਂ ਨੂੰ ਉਹ ਸਕੀਮਾਂ ਵੀ ਦਿੰਦੇ ਰਹੇ ਹੋਣਗੇ ਘੱਟਦੇ ਵੀ ਰਹੇ ਹੋਣਗੇ ਉਹ ਫਿਰ ਸਾਨੂੰ ਵੀ ਮਿਲਦਾ ਰਿਹਾ ਮੈਂ ਬਹੁਤ ਮਗਰਲੇ 2 ਮਹੀਨੇ ਤਾਂ ਅਸੀਂ ਇੱਕੋ ਬੈੱਡ 'ਤੇ ਸੁੱਤੇ ਹਾਂ ਦੋ ਜਣੇ ਅਤੇ ਸਾਨੂੰ ਬਹੁਤ ਸਾਰੀਆਂ ਉਹਦੀਆਂ ਉਹਨਾਂ ਦੀਆਂ ਗੱਲਾਂ ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਿਆ ਜੰਗ ਦੇ ਗੁਣ ਬਹੁਤ ਵਧੇ ਸਿੱਖੇ ਉਹਨਾਂ ਕੋਲ ਅਸੀਂ ਛੋਟੀ ਉਮਰ 'ਚ ਵੀ ਜੰਗ ਲੜਨੀ ਕਿਵੇਂ ਆਪਾਂ ਗਰੀਲਾ ਵੱਲ ਲੜ ਸਕਦੇ ਹਾਂ ਅਸੀਂ ਹਥਿਆਰਬੰਦ ਜੰਗ ਜਿਹੜੀ ਐਡਾ ਵੱਡਾ ਨਹੀਂ ਲੜ ਸਕਦੇ ਹਿੰਦੁਸਤਾਨ ਦੀ ਫੌਜ ਨਾਲ ਉਹਨਾਂ ਨੇ ਫਿਰ ਸੰਤਾਂ ਨੂੰ ਸਾਰੀ ਪਲੈਨਰ ਜਿਹੜੇ ਸੀ ਉਹਨਾਂ ਦੇ ਵਿੱਚ ਉਹਨਾਂ ਦਾ ਅਹਿਮ ਰੋਲ ਸੀਗਾ ਹਿੰਦੁਸਤਾਨ ਦੇ ਫੌਜੀ ਹਮਲੇ ਨੂੰ ਰੋਕਣ ਵਾਸਤੇ ਕਿਉਂਕਿ ਸਾਡਾ ਕੋਈ ਹਮਲਾ ਅਸੀਂ ਕਿਸੇ 'ਤੇ ਕੀਤਾ ਨਹੀਂ ਬਿਲਕੁਲ ਹਮਲਾ ਤਾਂ ਹਿੰਦੁਸਤਾਨ ਦੀਆਂ ਫੌਜਾਂ ਨੇ ਕੀਤਾ ਪਰ ਸਾਨੂੰ ਇਹ ਆਸ ਨਹੀਂ ਸੀ ਕਿਸੇ ਨੂੰ ਕਿ ਐਡੇ ਵੱਡੇ ਪੱਧਰ 'ਤੇ ਹਮਲਾ ਹੋਊਗਾ ਜਿੱਡੇ ਵੱਡੇ ਪੱਧਰ 'ਤੇ ਹਿੰਦੁਸਤਾਨ ਦੀ ਫੌਜ ਨੇ ਆਪਣੇ ਨਾਗਰਿਕਾਂ ਦੇ ਉੱਤੇ ਹਮਲਾ ਕੀਤਾ ਇੱਕ ਨਿਹੱਥਿਆਂ ਦੇ ਉੱਤੇ ਹਮਲਾ ਕੀਤਾ ਅਤੇ ਸਾਡੇ ਕੋਲ ਤਾਂ ਕਿੰਨੇ ਕੁ ਹਥਿਆਰ ਕਹਿ ਸਕਦੇ ਹਾਂ ਵੀ ਅਸੀਂ ਕੀ ਹੋ ਸਕਦਾ ਜੇ ਮੈਂ ਕਹਾਂ ਵੀ 50 ਬੰਦੇ ਲੜਨ ਵਾਲੇ ਹੋ ਸਕਦੇ ਵੱਧ ਤੋਂ ਵੱਧ ਸੰਤ ਜਰਨੈਲ ਸਿੰਘ ਕੋਲ ਅਤੇ ਹਿਸਟਰੀ ਜਿਹੜੀ ਆ ਉਹਨੇ ਆਪਣੇ ਆਪ ਨੂੰ ਫੇਰ ਦੁਹਰਾਇਆ ਜਿਵੇਂ ਆਪਣੇ ਚਮਕੌਰ ਦੀ ਗੜੀ 'ਚ ਦਸਵੇਂ ਪਾਤਸ਼ਾਹ ਨੇ ਬਿਲਕੁਲ ਆਪਣੀ ਕਿਰਪਾ ਕਰਕੇ ਲੜਾਏ ਇਸੇ ਤਰ੍ਹਾਂ ਇੱਥੇ ਗੁਰੂ ਰਾਮਦਾਸ ਨੇ ਕਿਰਪਾ ਕਰਕੇ ਸੰਤ ਜਰਨੈਲ ਸਿੰਘ ਅਤੇ ਉਹਨਾਂ ਦੇ ਅੰਡਰ ਜਿੰਨੇ ਕੁ ਬੰਦੇ ਸੀਗੇ ਉਹਨਾਂ ਨੂੰ ਫੌਜ ਨੂੰ ਚਣੇ 'ਚ ਪਾਉਣ ਦਾ ਮੌਕਾ ਵੀ ਦਿੱਤਾ ਅਤੇ ਆਪਣੀਆਂ ਸ਼ਹੀਦੀਆਂ ਹੱਸ ਹੱਸ ਕੇ ਕਰਨ ਦਾ ਵੀ ਮੌਕਾ ਦਿੱਤਾ ਉਹ ਸਾਨੂੰ ਵੀ ਮੌਕਾ ਮਿਲਿਆ ਇੱਕ ਮੋਰਚੇ ਦੀ ਅਗਵਾਈ ਕਰਨ ਦਾ ਮੈਨੂੰ ਵੀ ਛੋਟੀ ਉਮਰ 'ਚ ਮੌਕਾ ਮਿਲਿਆ ਅਤੇ ਮੈਂ ਜੋ ਅਸੀਂ ਕਰ ਸਕਦੇ ਸੀ 13 ਬੰਦੇ ਸੀ 7 ਸਾਡੇ ਨਾਲ ਸ਼ਹੀਦ ਹੋ ਗਏ ਉੱਥੇ
ਅਤੇ ਅਸੀਂ ਵੀ ਆਪਣੇ ਲੈਵਲ 'ਤੇ ਜੋ ਕਿੰਨਾ ਸਾਡੇ ਕੋਲ ਗੋਲੀ ਸਿੱਕਾ ਸੀ ਜੋ ਸਾਡੇ ਕੋਲ ਬਰੂ ਸੀ ਛੋਟੀ ਉਮਰ 'ਚ ਅਤੇ ਜੋ ਸਾਨੂੰ ਸੋਝੀ ਸੀ ਅਸੀਂ ਉਸ ਤਰੀਕੇ ਨਾਲ ਜਨਰਲ ਸਵੇਕ ਸਿੰਘ ਦੀ ਅਗਵਾਈ 'ਚ ਅਸੀਂ ਵੀ ਲੜੇ ਸੰਤ ਜਰਨੈਲ ਸਿੰਘ ਦੀ ਭਾਈ ਅਮਰੀਕ ਸਿੰਘ ਦੀ ਅਗਵਾਈ 'ਚ ਲੜੇ ਜਦੋਂ ਦਰਬਾਰ ਸਾਹਿਬ ਸੰਤਾਂ ਨੂੰ ਕਿਉਂਕਿ ਇੰਟਰਵਿਊ ਵੇਖਣ ਨੂੰ ਮਿਲਦੀਆਂ ਮੁਲਾਕਾਤਾਂ ਵੱਡੀਆਂ ਸ਼ਖਸੀਅਤਾਂ ਸੰਤਾਂ ਨੂੰ ਮਿਲਣ ਆਉਂਦੀਆਂ ਜਿਹਦੇ ਵਿੱਚ ਰਾਮ ਜੇਠ ਮਲਾਨੀ ਵਰਗੇ ਉੱਘੇ ਵਕੀਲ ਸੁਬਰਾਮਨਿਅਮ ਸਵਾਮੀ ਵਰਗੇ ਜਿਹੜੇ ਜਿਨ੍ਹਾਂ ਦੇ ਅੱਗੇ ਅੱਜ ਵੀ ਕੋਈ ਬਹਿਸ ਨਹੀਂ ਕਰ ਸਕਦਾ ਹੈ ਨਾ ਅਤੇ ਕਈ ਹਿੰਦੂ ਜਿਹੜੇ ਆ ਧਾਰਮਿਕ ਆਗੂ ਵੀ ਆਉਂਦੇ ਰਹੇ ਆ ਕਿਵੇਂ ਦਾ ਮਾਹੌਲ ਬਣਦਾ ਸੀ ਜਦੋਂ ਉੱਥੇ ਆਉਂਦੇ ਸਨ ਮੈਂ ਸਮਝਦਾ ਵੀ ਜਦੋਂ ਉਹਨਾਂ ਨੂੰ ਉੱਥੋਂ ਭੇਜਿਆ ਜਾਂਦਾ ਸੀ ਨਾ ਉਹ ਸਾਰੇ ਇੰਦਰਾ ਗਾਂਧੀ ਨਾਲ ਗੱਲ ਕਰਕੇ ਆਉਂਦੇ ਸੀ ਭੇਜਿਆ ਜਾਂਦਾ ਸੀ ਤੁਸੀਂ ਇੱਕ ਬਹੁਤ ਵੱਡੇ ਅੱਤਵਾਦੀ ਨਾਲ ਬਹੁਤ ਵੱਡੇ ਬਾਗੀ ਬੰਦੇ ਨਾਲ ਗੱਲ ਕਰਨ ਜਾ ਰਹੇ ਹੋ ਅਤੇ ਉਹਨੂੰ ਤੁਸੀਂ ਸਮਝਾਓ ਕਿ ਉਹ ਉੱਥੋਂ ਨਿਕਲ ਜੇ ਉਹ ਸਮਝਾਉਣ ਆਉਂਦੇ ਸੀ ਅਤੇ ਜਿੰਨੀਆਂ ਕੁ ਮੈਂ ਇੰਟਰਵਿਊਆਂ ਸੁਣੀਆਂ ਮੈਂ ਬਹੁਤ ਸਾਰੀਆਂ ਸੰਤਾਂ ਦੀ ਉੱਥੇ ਬਹਿ ਕੇ ਇੰਟਰਵਿਊਆਂ ਸੁਣੀਆਂ ਬਹੁਤ ਬੰਦਿਆਂ ਨਾਲ ਉਹਨਾਂ ਦੀ ਗੱਲਬਾਤ ਵੀ ਸੁਣੀਆਂ ਅਤੇ ਮੈਂ ਸਮਝਦਾ ਵੀ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਹੀ ਇੱਦਾਂ ਦੀ ਸੀ ਕਿ ਜਿਹੜਾ ਉੱਥੇ ਆ ਗਿਆ ਉਹ ਸੰਤਾਂ ਦਾ ਹੋ ਕੇ ਰਹਿ ਗਿਆ ਅਤੇ ਇਹੋ ਹੀ ਇੱਕ ਹਿੰਦੁਸਤਾਨ ਦੀ ਸਰਕਾਰ ਵਾਸਤੇ ਕਮਜ਼ੋਰੀ ਦੀ ਗੱਲ ਸੀ ਉਹਨਾਂ ਨੂੰ ਵੀ ਉੱਥੇ ਜਿਹਨੂੰ ਭੇਜਦੇ ਆ ਉਹਦਾ ਹੋ ਕੇ ਬਹਿ ਜਾਂਦਾ ਜਿਵੇਂ ਪੀਰ ਬੁੱਧੂ ਸ਼ਾਹ ਸੰਤਾਂ ਕੋਲ ਆਇਆ ਆਪਣੇ ਗੁਰੂ ਦਸਵੇਂ ਪਾਤਸ਼ਾਹ ਕੋਲ ਆਇਆ ਅਤੇ ਪੀਰ ਬੁੱਧੂ ਸ਼ਾਹ ਉਹਨਾਂ ਕੋਲ ਆ ਕੇ ਉਹਨਾਂ ਦਾ ਹੋ ਕੇ ਰਹਿ ਗਿਆ ਅਤੇ 50-60 ਜੀ ਮਰਵਾ ਗਿਆ ਆਪਣੇ ਉੱਥੇ ਸ਼ਹੀਦ ਕਰਾ ਗਿਆ ਸੰਤਾਂ ਚਮਕੌਰ ਦੇ ਆਪਣੇ ਭੰਗਾਣੀ ਦੇ ਜੋਧੇ ਭੰਗਾਣੀ ਦੇ ਜੋਧੇ ਅਤੇ ਮੈਂ ਸਮਝਦਾ ਵੀ ਸੰਤਾਂ ਕੋਲ ਵੀ ਇੱਕ ਗੁਰੂ ਪਾਤਸ਼ਾਹ ਦੀ ਕਿਰਪਾ ਸੀਗੀ ਜਿਹੜਾ ਬੰਦਾ ਉੱਥੇ ਆਉਂਦਾ ਸੀ ਨਾ ਉਹ ਸੰਤਾਂ ਦਾ ਉਹ ਕਰਿਆ ਜਾਂਦਾ ਸੀ ਜਿਵੇਂ ਸੁਬਰਾਮਣੀਅਮ ਸਵਾਮੀ ਆਪਣੀ ਕਈ ਇੰਟਰਵਿਊਆਂ 'ਚ ਕਹਿ ਚੁੱਕਾ ਮੁਨੀ ਕਈ ਆਏ ਕਈ ਹਿੰਦੂ ਲੀਡਰ ਆਏ ਫਰੂਖ ਅਬਦੁੱਲਾ ਆਇਆ ਅਤੇ ਮੈਂ ਉਹਦੀ ਮੈਨੂੰ ਅੱਜ ਵੀ ਵਰਡਿੰਗ ਯਾਦ ਹੈ ਕਹਿੰਦਾ ਮੈਂ ਮੁਝੇ ਬਹੁਤ ਖੁਸ਼ੀ ਹੈ ਕਿ ਮਰਦੇ ਮਜ਼ਾਰ ਬੱਬਰ ਸ਼ੇਰ 'ਚ ਮਿਲ ਕਰ ਨਾਨਕ ਵਾਸਤੇ ਖੜਾ ਸੀ ਅਤੇ ਉਦੋਂ ਸਾਨੂੰ ਲੱਗਿਆ ਵੀ ਅਸੀਂ ਤਾਂ ਵਧੀਆ ਮਤਲਬ ਇੱਕ ਬੰਦੇ ਦੇ ਨਾਲ ਫਿੱਟ ਹੋਏ ਹਾਂ ਜਿਹੜਾ ਬੱਬਰ ਸ਼ੇਰ ਹੈ ਜਿਹਨੂੰ ਮੁਸਲਮਾਨ ਦਾ ਇੱਕ ਵੱਡਾ ਲੀਡਰ ਜਿਹੜਾ ਫਰੂਖ ਅਬਦੁੱਲਾ ਆ ਕੇ ਕਹਿ ਰਿਹਾ ਵੀ ਐਡੇ ਬੜੇ ਬੰਦੇ ਦੀ ਸ਼ਖਸੀਅਤ ਹੈ ਅਤੇ ਉਹ ਵੀ ਆ ਕੇ ਮੱਥੇ ਟੇਕਦੇ ਸੀ ਆ ਕੇ ਮਤਲਬ ਈਵਨ ਮਤਲਬ ਬੜੇ ਬੜੇ ਵੱਡੇ ਮੁਸਲਮਾਨ ਕੰਟਰੀਆਂ ਦੇ ਬੜੇ ਬੜੇ ਸੇਖ ਜਿਹੜੇ ਸੀਗੇ ਉਹ ਵੀ ਟੈਲੀਫੋਨ ਕਰਕੇ ਸੰਤ ਜਰਨੈਲ ਸਿੰਘ ਨੂੰ ਪੁੱਛਦੇ ਸੀਗੇ ਠੀਕ ਹੈ ਨਾ ਅਤੇ ਅਸੀਂ ਸਮਝਦੇ ਹਾਂ ਵੀ ਉਹ ਉਦੋਂ ਸਰਕਾਰਾਂ ਸੰਤ ਜਰਨੈਲ ਸਿੰਘ ਦੇ ਦੁਆਲੇ ਘੁੰਮਦੀਆਂ ਸੀ ਸੰਤ ਜਰਨੈਲ ਸਿੰਘ ਕਿਸੇ ਦੁਆਲੇ ਨਹੀਂ ਸੰਤ ਜਰਨੈਲ ਸਿੰਘ ਗੁਰੂ ਰਾਮਦਾਸ ਦੇ ਦੁਆਲੇ ਘੁੰਮੇ ਨੇ ਅਤੇ ਸਰਕਾਰਾਂ ਜਿਹੜੀਆਂ ਹਿੰਦੁਸਤਾਨ ਦੀਆਂ ਨਹੀਂ ਦੁਨੀਆਂ ਦੀਆਂ ਸਰਕਾਰਾਂ ਜਿਹੜੀਆਂ ਚਾਹੁੰਦੀਆਂ ਸੀ ਕਿ ਵੱਡੇ ਵੱਡੇ ਲੋਕ ਜਿਹੜੇ ਉਹਨਾਂ ਸਰਕਾਰਾਂ ਨੂੰ ਚਲਾਉਂਦੇ ਨੇ ਕਿ ਅਸੀਂ ਉਸ ਸ਼ਖਸੀਅਤ ਦੇ ਦਰਸ਼ਨ ਕਰਕੇ ਉਹਦੇ ਵੇਖੀਏ ਵਿੱਚ ਕੀ ਆ ਉਹਨਾਂ ਦੇ ਅਤੇ ਆਉਂਦੇ ਸੀ ਲੋਕ ਬਿਲਕੁਲ ਜਿੰਨੀਆਂ ਵੀ ਸ਼ਖਸੀਅਤਾਂ ਉਹਨਾਂ ਨੂੰ ਮਿਲ ਕੇ ਗਈਆਂ ਪਬਲਿਕ ਡੋਮੇਨ 'ਚ ਕਦੀ ਸੰਤਾਂ ਦੇ ਖਿਲਾਫ਼ ਬੋਲਦੇ ਨਹੀਂ ਵੇਖੇ ਨਹੀਂ ਬੋਲੇ ਜਿਵੇਂ ਸੁਣਨ 'ਚ ਵੀ ਆਉਂਦਾ ਆ ਮਤਲਬ ਵੀ ਸੰਤਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਵੀ ਤੁਸੀਂ ਸਮਝੌਤਾ ਕਰ ਲਓ ਆਨੰਦਪੁਰ ਦੇ ਮਤੇ ਤੋਂ ਘੱਟ ਮਤਲਬ ਮਤਾ ਨਹੀਂ ਸੀ ਮੰਨਦੀ ਸਰਕਾਰ ਕਈ ਤਰ੍ਹਾਂ ਦੀਆਂ ਵੀ ਤੁਹਾਨੂੰ ਪੋਲੀਟੀਕਲ ਪਾਵਰ ਇੱਥੇ ਦਿੰਦੇ ਹਾਂ ਉਹਨਾਂ ਦੇ ਉੱਪਰ ਕਦੀ ਵਿਚਾਰ ਹੁੰਦੀ ਸੀ ਜਾਂ ਉਹਦੇ ਬਾਰੇ ਕੋਈ ਤੁਹਾਨੂੰ ਜਾਣਕਾਰੀ ਹੋਵੇ ਨਹੀਂ ਮੈਂ ਤਾਂ ਸਮਝਦਾ ਵੀ ਸੰਤਾਂ ਕੋਲ ਇਹ ਵਿਸ਼ਾ ਨਹੀਂ ਸੀ ਸੰਤ ਤਾਂ ਸਾਰਾ ਬਾਲ ਜਿਹੜੀ ਗੇਂਦ ਸੀ ਉਹ ਅਕਾਲੀ ਦਲ ਦੇ ਪਾਲੇ ਸੀਗੀ ਸੰਤਾਂ ਨੇ ਕਦੀ ਨਹੀਂ ਕਿਹਾ ਵੀ ਮੈਂ ਕਿਸੇ ਨਾਲ ਗੱਲ ਕਰਨੀ ਹੈ ਕਦੀ ਨਹੀਂ ਕਿਹਾ ਮੇਰੇ ਕੋਲ ਆ ਕੇ ਗੱਲ ਕਰੇ ਕੋਈ ਜਿਹੜਾ ਮਿਲ ਆਉਂਦਾ ਸੀ ਉਹਨੂੰ ਆਪਣੀ ਦੱਸਦੇ ਵੀ ਸਾਡੇ ਤਾਂ ਆਹ ਮੰਗਾਂ ਨੇ ਅਸੀਂ ਐਸ ਕਰਕੇ ਇੱਥੇ ਬੈਠੇ ਹਾਂ ਅਕਾਲੀ ਦਲ ਨੇ ਮੋਰਚਾ ਲਾਇਆ ਮੈਂ ਉਹਨਾਂ ਦੀ ਸਪੋਰਟ ਕਰਦਾ ਅਕਾਲੀ ਦਲ ਸੰਤਾਂ ਨੇ ਆਪਣੇ ਪਾਲੇ 'ਚ ਗੇਂਦ ਆਉਣੀ ਨਹੀਂ ਦਿੱਤੀ ਗੇਂਦ ਅਕਾਲੀ ਦਲ ਕੋਲ ਰਹੀ ਆ ਅਤੇ ਗੋਲ ਸੰਤ ਕਰਦੇ ਰਹੇ ਆ ਅਖੀਰਲਾ ਗੋਲ ਵੀ ਸੰਤਾਂ ਨੇ ਕੀਤਾ ਠੀਕ ਹੈ ਉਹ ਆਪਣੀ ਜਾਨ ਦੇ ਕੇ ਚਲੇ ਗਏ ਪਰ ਉਹ ਜਿਹੜਾ ਇਤਿਹਾਸ ਬਣਾ ਕੇ ਚਲੇ ਗਏ ਉਹ ਬਹੁਤ ਜ਼ਰੂਰੀ ਸੀ ਇਸ ਸਦੀ 'ਚ ਅਤੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਕੌਮ 'ਚ ਜਾਨ ਹੀ ਤਾਂ ਪੈਂਦੀ ਹੈ ਜਦੋਂ ਇਤਿਹਾਸ ਦੁਹਰਾਇਆ ਜਾਂਦਾ ਜੇ ਇਤਿਹਾਸ ਨਾ ਦੁਹਰਾਉਂਦੇ ਤਾਂ ਸ਼ਾਇਦ ਇੰਦਰਾ ਗਾਂਧੀ ਤਾਂ ਇਹਨਾਂ ਨੂੰ ਅਕਾਲੀ ਲੀਡਰਾਂ ਨੂੰ ਉਤੋਂ ਗਿੱਚੀਓਂ ਫੜ ਕੇ ਲੈ ਜਾਂਦੇ ਠੀਕ ਹੈ ਨਾ ਆਨੰਦਪੁਰ ਦੇ ਮਤੇ ਦੇ ਉੱਤੇ ਸੰਤਾਂ ਦੀ ਦ੍ਰਿੜਤਾ ਇਹਨੂੰ ਕਿਵੇਂ ਦੇਖਦੇ ਹੋ ਆਨੰਦਪੁਰ ਦੇ ਮਤੇ 'ਤੇ ਸੰਤਾਂ ਦੀ ਬਹੁਤ ਦ੍ਰਿੜਤਾ ਸੀ ਜਿੰਨੀਆਂ 45 ਮੰਗਾਂ ਆਨੰਦਪੁਰ ਦੇ ਮਤੇ ਦੀਆਂ ਸੰਤਾਂ ਨੇ ਅਕਾਲੀ ਦਲ ਦੇ ਮਤੇ ਨੂੰ ਅਪਣਾਇਆ ਅਤੇ ਉਹਨਾਂ ਦਾ ਇੱਕੋ ਸੀ ਵੀ ਮੈਂ ਤਾਂ ਵੇਖੋ ਮਤਾ ਤੁਹਾਡਾ ਹੈ ਪਰ ਮੈਂ ਇਸ ਤੋਂ ਪਿੱਛੇ ਤੁਹਾਨੂੰ ਹਟਣ ਨਹੀਂ ਦਿੰਦਾ ਮਤਾ ਤੁਸੀਂ ਪਾਸ ਕੀਤਾ ਅਕਾਲੀ ਦਲ ਨੇ ਪਾਸ ਕੀਤਾ 73 'ਚ ਮੇਰਾ ਮਤਾ ਨਹੀਂ ਹੈ ਮੇਰੇ ਤੋਂ ਪਹਿਲਾਂ ਦਾ ਮਤਾ ਤੁਹਾਡਾ ਮਤਾ ਹੈ ਤੁਸੀਂ ਮੋਰਚਾ ਲਾ ਲਿਆ ਪਰ ਜੇ ਇਸ ਤੋਂ ਘੱਟ ਮੰਗ ਮੰਨਦੇ ਹੋ ਤਾਂ ਮੈਂ ਇਹਨੂੰ ਅਸੈਪਟ ਨਹੀਂ ਕਰੂੰਗਾ ਤੁਸੀਂ ਆਪਣੀਆਂ ਮੰਗਾਂ ਮੋੜੋ ਅਸੀਂ ਤੁਹਾਡੇ ਨਾਲ ਜੋ ਆਖੋਗੇ ਕਰ ਨੂੰ ਤਿਆਰ ਸੰਤ ਕਰਦੇ ਸੀ ਉਹਨਾਂ ਵਾਸਤੇ ਦਰਬਾਰ ਸਾਹਿਬ 'ਤੇ ਜਿਹੜਾ ਹਮਲਾ ਹੁੰਦਾ 1-6 ਜੂਨ ਦੇ ਹਾਲਾਤ ਤੁਸੀਂ ਉੱਥੇ ਸੋ ਉਸ ਹਾਲਾਤ ਬਾਰੇ ਸੰਗਤ ਨੂੰ ਜ਼ਰੂਰ ਦੱਸੋ ਹਾਲਾਤ ਜੇ ਤਾਂ ਅਸੀਂ ਉਹਨੂੰ ਤੁਹਾਡੀ ਇੰਟਰਵਿਊ 'ਚ ਸੋਚਾਂ ਮੈਂ ਵੀ ਹੁਣ ਮੈਂ ਉਹ ਦੱਸ ਸਕਾਂ ਆਪਣੀ ਜ਼ਬਾਨ ਤੋਂ ਉਹਨੂੰ ਬਿਆਨ ਕਰ ਸਕਾਂ ਤਾਂ ਬਹੁਤ ਔਖੀ ਗੱਲ ਹੈ ਕਿਉਂਕਿ ਜਿਹੜੇ ਇਹ ਹਾਲਾਤ ਸੀ ਨਾ ਉਸ ਵੇਲੇ ਜੋ ਅਸੀਂ ਮੰਜ਼ਰ ਦੇਖਿਆ ਉੱਥੇ ਉਹਨਾਂ ਨੂੰ ਅੱਖਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਇੱਕ ਦਸਵੇਂ ਪਾਤਸ਼ਾਹ ਦੀ ਕਿਰਪਾ ਕਰ ਲਓ ਵੀ ਅਸੀਂ ਉਹ ਲੜ ਗਏ ਜਾਂ ਸੰਤ ਜਰਨੈਲ ਸਿੰਘ ਦੀ ਅਗਵਾਈ 'ਚ ਅਸੀਂ ਲੜ ਗਏ ਜੋ ਹਿੰਦੁਸਤਾਨ ਦੀਆਂ ਫੌਜਾਂ ਨੇ ਉਹ ਗੁੱਸੇ 'ਚ ਆ ਕੇ ਸਾਡਾ ਉੱਥੇ ਤਬਾਹੀ ਮਚਾਈ ਆ ਮੈਨੂੰ ਗੁੱਸਾ ਹੀ ਇਸ ਗੱਲ ਦਾ ਹੈ ਕਿ
ਹਿੰਦ ਅਸੀਂ ਹਿੰਦੁਸਤਾਨ ਦੇ ਨਾਗਰਿਕ ਸੀਗੇ ਤੁਸੀਂ ਸਾਡੇ ਘਰ 'ਤੇ ਅਟੈਕ ਕੀਤਾ ਅਤੇ ਜਦੋਂ ਅਸੀਂ ਕਿਸੇ ਘਰ 'ਤੇ ਜਾ ਕੇ ਅੱਜ ਵੀ ਹਮਲਾ ਕਰਦੇ ਹਾਂ ਕਿਸੇ ਗੁਆਂਢੀ 'ਤੇ ਜਾ ਕੇ ਹਮਲਾ ਕਰਦੇ ਹਾਂ ਤਾਂ ਉਹਦੇ ਕੋਲ ਡਾਂਗ ਸੋਟਾ ਜੋ ਵੀ ਲੱਭਾ ਉਹਨੇ ਤਾਂ ਅੱਗੋਂ ਚਲਾਉਣਾ ਹੀ ਆ ਭਾਵੇਂ ਉਹਦੇ ਕੋਲ ਛੋਟਾ ਇੱਟ ਹੈ ਕੋਈ ਉਹਨੇ ਮਾਰਨੀ ਹੈ ਵੱਟਾ ਤੁਸੀਂ ਟੈਂਕਾਂ ਤੋਪ ਲੈ ਕੇ ਆ ਗਏ ਤੁਸੀਂ ਇੱਕ ਛੋਟਾ ਜਿਹਾ ਕੰਪਲੈਕਸ ਹੈ ਉਹਨੂੰ ਘੇਰਾ ਪਾਇਆ ਜਾ ਸਕਦਾ ਸੀ ਇੰਦਰਾ ਗਾਂਧੀ ਦੀ ਨੀਅਤ ਸੰਤਾਂ ਨੂੰ ਫੜਨ ਦੀ ਨਹੀਂ ਸੀ ਇੰਦਰਾ ਗਾਂਧੀ ਦੀ ਨੀਅਤ ਸਿਰਫ ਅਕਾਲ ਤਖ਼ਤ ਦਾ ਜਿਹੜਾ ਸਾਡਾ ਇੱਕ ਸਿਧਾਂਤ ਹੈ ਜਿੱਥੋਂ ਸਾਨੂੰ ਸ਼ਕਤੀ ਮਿਲਦੀ ਹੈ ਜਿੱਥੋਂ ਰੂਹਾਨੀ ਸ਼ਕਤੀ ਦਰਬਾਰ ਸਾਹਿਬ ਤੋਂ ਮਿਲਦੀ ਹੈ ਉਹਨੂੰ ਢਾਉਣਾ ਉਹਨਾਂ ਦਾ ਇੱਕ ਮਕਸਦ ਸੀਗਾ ਵੀ ਜੇ ਅਬਦਾਲੀ ਨੇ ਢਾਇਆ ਇਹਨਾਂ ਨੇ ਹਿਸਟਰੀ ਦਰਾ ਕੇ ਵੇਖੀ ਅਬਦਾਲੀ ਵਾਲਾ ਵੀ ਬਣਿਆ ਇੰਦਰਾ ਗਾਂਧੀ ਵਾਲਾ ਵੀ ਬਣਿਆ ਪਰ ਉਸ ਤੋਂ ਵਧੀਆ ਬਣਿਆ ਸਿੱਖਾਂ ਦੀ ਸੋਚ ਨੂੰ ਖਤਮ ਕਰਨਾ ਚਾਹੁੰਦੇ ਸੀ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਸਿੱਖਾਂ ਦੀ ਜਿਹੜੀ ਧਾਰਮਿਕ ਆਸਥਾ ਨਾ ਦਰਬਾਰ ਸਾਹਿਬ ਨਾਲ ਜੁੜੀ ਹੋਈ ਹੈ ਇਹਨੂੰ ਤੋੜਿਆ ਜਾਵੇ ਕਿਸੇ ਦੇ ਵਿਚਾਰ ਨੂੰ ਖਤਮ ਕੀਤਾ ਜਾਵੇ ਕਿਸੇ ਦੇ ਸਿਧਾਂਤ ਨੂੰ ਖਤਮ ਕੀਤਾ ਜਾਵੇ ਕਿਸੇ ਦੀ ਵਿਚਾਰਧਾਰਾ ਨੂੰ ਖਤਮ ਕੀਤਾ ਜਾਵੇ ਜਿਵੇਂ ਮੈਂ ਹੁਣ ਵੀ ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ ਕਿ ਮੈਂ ਉੱਥੇ ਬੱਝੇ ਬੈਠੇ ਸੀ ਅਸੀਂ ਬਾਬਾ ਦੀਪ ਸਿੰਘ ਦੇ ਬੁੰਗੇ ਕੋਲ ਜਦੋਂ ਲਾਇਬ੍ਰੇਰੀ ਨੂੰ ਅੱਗ ਲਾਈ ਗਈ ਹੈ ਬਹੁਤ ਸਾਰੀਆਂ ਮੈਂ ਪਿਛਲੇ ਸਾਲ ਇੰਟਰਵਿਊ ਸੁਣੀਆਂ ਕਿ ਉਹਨਾਂ ਨੇ ਕਿਹਾ ਜੀ ਅੱਗ ਪਹਿਲੋਂ ਲੱਗ ਗਈ ਸੀ ਅੱਗ ਪਹਿਲੋਂ ਨਹੀਂ ਸੀ ਲੱਗੀ ਇਹਨਾਂ ਨੇ ਸਾਰਾ ਮਾਲ ਕੱਢ ਕੇ ਅੱਗ ਲਾਈ ਜਿਹੜੇ ਇਹਨਾਂ ਨੂੰ ਲੋੜੀਂਦੇ ਸੀਗੇ ਕਾਗਜ਼ਾਤ ਜੋ ਇਹਨਾਂ ਨੇ ਲੈ ਕੇ ਜਿਹਨੂੰ ਅਸੀਂ ਅੱਜ ਤੱਕ ਮੰਗ ਰਹੇ ਹਾਂ ਜਿਹਦਾ ਕੇਸ ਹਾਈ ਦਿੱਲੀ 'ਚ ਵੀ ਚੱਲੀ ਜਾ ਰਿਹਾ ਸਾਡਾ ਲਾਇਬ੍ਰੇਰੀ ਦਾ ਖਜ਼ਾਨਾ ਸਾਡੇ ਸਰੋਤ ਗੁਰੂ ਸਾਹਿਬ ਦੇ ਹੁਕਮਨਾਮੇ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਉੱਥੋਂ ਲਗਾਏ ਜਿਹੜਾ ਸਾਡਾ ਇਤਿਹਾਸ ਲਗਾਏ ਹੱਥ ਲਿਖਤ ਬੀੜਾਂ ਲਗਾਏ ਉਹ ਉਹਨਾਂ ਵਾਪਸ ਨਹੀਂ ਕੀਤੀਆਂ ਉਹ ਸਾਡਾ ਇਤਿਹਾਸ ਉਹ ਖਤਮ ਕਰਨਾ ਚਾਹੁੰਦੇ ਸੀ ਉਹਦੇ ਵਿੱਚ ਰਲਾ ਪਾਉਣਾ ਚਾਹੁੰਦੇ ਸੀ ਉਹ ਅੱਜ ਵੀ ਬਹੁਤ ਸਾਰੀਆਂ ਏਜੰਸੀਆਂ ਲੱਗੀਆਂ ਹੋਈਆਂ ਨੇ ਇਸ ਕੰਮ ਵਾਸਤੇ ਵੀ ਗੁਰੂ ਗ੍ਰੰਥ ਸਾਹਿਬ 'ਚ ਇਵੇਂ ਰਲਾ ਪਾਇਆ ਜਾ ਸਕੇ ਕਿਸੇ ਤਰੀਕੇ ਨਾਲ ਪਾਇਆ ਜਾ ਸਕੇ ਅੱਜ ਤੋਂ 100 ਸਾਲ ਬਾਅਦ ਇਹਨੂੰ ਇਤਿਹਾਸ ਨੂੰ ਤੋੜ ਮਰੋੜ ਕੇ ਅਗਲੇ ਬੰਨੇ ਦੂਸਰਾ ਇਤਿਹਾਸ ਪੇਸ਼ ਕਰਤਾ ਜਾਵੇ ਉਹ ਇਹਨਾਂ ਨੇ ਜਾਣਬੁੱਝ ਕੇ ਕੀਤਾ ਬੰਦੇ ਮਾਰਨੇ ਲੜਾਈ 'ਚ ਮਰ ਕੇ ਕੋਈ ਗੱਲ ਨਹੀਂ ਪਰ ਜਦੋਂ ਤੁਸੀਂ ਉਸ ਤੋਂ ਬਾਅਦ ਆਪਣੇ ਨਾਗਰਿਕਾਂ ਦੇ ਉੱਤੇ ਇੱਕ ਸਾਡਾ ਵਿਰਸਾ ਚੁੱਕ ਕੇ ਲੈ ਜਾਓ ਫਿਰ ਤੁਸੀਂ ਬੀਬੀਆਂ ਨੂੰ ਨਾ ਬਖਸ਼ੋ ਲੜਾਈ ਦਾ ਤਾਂ ਦੋ ਹੀ ਫੱਟ ਹੁੰਦੇ ਆ ਵੀ ਲੜਾਈ ਆਮੋ ਸਾਹਮਣੇ ਹੋ ਰਹੀ ਆ ਜਦੋਂ ਅਸੀਂ ਫੜੇ ਗਏ ਉਦੋਂ ਬਾਅਦ ਬੰਦੇ ਮਾਰਨ ਦਾ ਕੋਈ ਮਕਸਦ ਨਹੀਂ ਬਣਦਾ ਉਦੋਂ ਬਾਅਦ ਇਹਨਾਂ ਸਾਡੇ ਸਾਹਮਣੇ ਬੀਬੀਆਂ ਨੂੰ ਵੀ ਗੋਲੀਆਂ ਮਾਰੀਆਂ ਬੱਚਿਆਂ ਨੂੰ ਵੀ ਮਾਰੀਆਂ ਅਸੀਂ ਬੱਝੇ ਬੈਠੇ ਹਾਂ ਸਾਨੂੰ ਪਤਾ ਅਤੇ ਅਸੀਂ ਅਲਫ ਨੰਗੇ ਬੈਠੇ ਰਹੇ ਸਾਡੇ ਕੱਪੜੇ ਪਾੜੇ ਗਏ ਸਾਨੂੰ ਕਈ ਵਾਰੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਟੈਂਕ ਚੜ੍ਹਨ ਦੀ ਕੋਸ਼ਿਸ਼ ਕੀਤੀ ਗਈ 28 ਘੰਟੇ ਅਸੀਂ ਪਰਿਕਰਮਾ 'ਚ ਬੱਝੇ ਬੈਠੇ ਰਹੇ ਉੱਥੇ ਪਿੱਛੇ ਤਾਰਾਂ ਬੰਨ੍ਹ ਕੇ ਟੈਲੀਫੋਨ ਦੀਆਂ ਸਾਡੇ ਹੱਥਾਂ ਨੂੰ ਪਿੱਛੇ ਦੌਲਿਆਂ ਨੂੰ ਬੰਨ੍ਹਤੀਆਂ ਗਈਆਂ ਉਹ ਚੁੱਭ ਗਈਆਂ ਵਿੱਚ ਖੂਨ ਨਿਕਲ ਆਇਆ ਉੱਥੋਂ ਸਾਨੂੰ ਟਰੱਕਾਂ 'ਚ ਲੱਦ ਕੇ ਆਰਮੀ ਕੈਂਪਾਂ 'ਚ ਲੈ ਕੇ ਆਰਮੀ ਕੈਂਪਾਂ 'ਚ ਜਾ ਕੇ ਮੇਰੇ ਨਾਲ ਦੇ 30-35 ਬੰਦੇ ਫਿਰ ਮਾਰ ਦਿੱਤੇ ਉੱਥੋਂ ਗੋਲੀਆਂ ਅਸੀਂ ਪਾਣੀ ਮੰਗਿਆ ਉਹਨਾਂ ਨੇ ਰੋਸ਼ਨ ਦਾਨ ਥਾਣੀ LMG ਬੀਟ ਕੇ ਸਾਡੇ ਅੰਦਰ ਬ੍ਰੈਸਟ ਮਾਰੇ ਅਤੇ ਅਸੀਂ ਰਾਤ ਖੂਨ ਚੱਟ ਕੇ ਗੁਜ਼ਾਰਾ ਕੀਤਾ ਜਿਹੜੇ ਬਚ ਗਏ ਕਿੰਨੇ ਕਿੰਨੇ ਜ਼ਖਮੀ ਹੋ ਗਏ ਉਹ ਜਿਹੜਾ ਲੜਾਈ ਤੋਂ ਬਾਅਦ ਇਹਨਾਂ ਨੇ ਕੀਤਾ ਨਾ ਉਹ ਦੁੱਖਦਾਈ ਹੈ ਲੜਾਈ ਦੇ ਵਿੱਚ ਬੰਦੇ ਮਰ ਜਾਣੇ ਉਹਨਾਂ ਦੇ ਮਰ ਕੇ ਸਾਡੇ ਮਰ ਕੇ ਕੋਈ ਗੱਲ ਨਹੀਂ ਅਸੀਂ ਆਪਣੇ ਘਰ ਵਾਸਤੇ ਨਹੀਂ ਲੜ ਲਏ ਅਸੀਂ ਤਾਂ ਲੜੇ ਗੁਰੂ ਰਾਮਦਾਸ ਦੇ ਦਰ ਵਾਸਤੇ ਅਤੇ ਜਦੋਂ ਗੁਰੂ ਰਾਮਦਾਸ ਦੇ ਦਰ ਵਾਸਤੇ ਲੜਦੇ ਹਾਂ ਤਾਂ ਫਿਰ ਮੌਤ ਜਿਹੜੀ ਬਹੁਤ ਨਹੀਂ ਅਹਿਮੀਅਤ ਨਹੀਂ ਰੱਖਦੀ ਉਸ ਵੇਲੇ ਕੋਈ ਅਤੇ ਜਦੋਂ ਤੁਸੀਂ ਫੜੇ ਜਾਂਦੇ ਜਦੋਂ ਉਦੋਂ ਤੁਹਾਨੂੰ ਕੋਈ ਮਾਰਦਾ ਅਤੇ ਉਹ ਫਿਰ ਦੁਸ਼ਮਣ ਵਾਲਾ ਵਤੀਰਾ ਕਰਦਾ ਜਦੋਂ ਉਹ ਔਖਾ ਹੁੰਦਾ ਤੁਹਾਨੂੰ ਕਿਹੜੇ ਮੋਰਚੇ ਦੀ ਜਿਹੜੀ ਜ਼ਿੰਮੇਵਾਰੀ ਤੁਹਾਡੇ ਕੋਲ ਸੀ ਸਾਰੇ ਮੋਰਚੇ ਤਕਰੀਬਨ ਮੱਲੇ ਗਏ ਸੀ ਰਾਤ ਨੂੰ 3 ਤਰੀਕ ਸ਼ਾਮ ਨੂੰ ਮੈਨੂੰ ਸੰਤਾਂ ਨੇ ਬੁਲਾਇਆ ਸੀ ਉੱਥੇ ਬੁਲਾ ਕੇ ਮੈਨੂੰ ਜਨਰਲ ਸੁਖਵੀਰ ਸਿੰਘ ਬੈਠੇ ਸੀ ਭਾਈ ਅਮਰੀਕ ਸਿੰਘ ਬੈਠੇ ਸੀ ਅਤੇ ਗੱਲ ਚੱਲ ਵੀ ਸਾਡੇ ਫੈਡਰੇਸ਼ਨ ਵਾਲੇ ਸਾਰੇ ਖੜ੍ਹੇ ਸੀਗੇ ਵੀ ਇੱਕ ਬਾਹਰ ਇੱਕ ਮੋਰਚਾ ਰਹਿ ਗਿਆ ਜਦੋਂ ਅਸੀਂ ਉਹ ਕੰਟਰੋਲ ਕਰਨਾ ਬੜਾ ਜ਼ਰੂਰੀ ਆ ਨਹੀਂ ਤਾਂ ਉਹ ਫੌਜ ਮੱਲ ਲੂਗੀ ਆ ਕੇ ਇੱਕ ਟੈਂਪਲ ਵਿਊ ਹੋਟਲ ਹੁੰਦਾ ਸੀ ਸਾਹਮਣੇ ਜਿੱਥੇ ਅੱਜ ਕੱਲ੍ਹ ਨਵਾਂ ਜੋੜਾ ਘਰ ਬਣਿਆ ਉਹ 5 ਮੰਜ਼ਿਲਾ ਹੋਟਲ ਸੀਗਾ ਉਸ ਮੋਰਚੇ ਦੀ ਮੈਨੂੰ ਕਮਾਂਡ ਦਿੱਤੀ ਗਈ ਘੰਟਾ ਘਰ ਤੋਂ ਬਾਹਰਲੇ ਮੈਂ ਉੱਥੇ ਅਸੀਂ 13 ਸਿੰਘ ਗਏ 6-7 ਸ਼ਹੀਦ ਹੋ ਗਏ ਵਿੱਚੋਂ ਅਸੀਂ ਉਹ ਰਾਤ ਨੂੰ 3 ਦੀ ਰਾਤ ਨੂੰ ਜਾ ਕੇ ਬਣਾਇਆ ਉੱਥੇ ਮੈਂ ਇੰਟਰਕੌਮ ਪਵਾਇਆ ਤਾਰ ਵੀ ਪਵਾਈ ਰਾਤੋਂ ਰਾਤ ਜਨਰਲ ਸੁਖਵੀਰ ਸਿੰਘ ਦੀ ਵਿਜ਼ਿਟ ਵੀ ਕਰਾਈ ਫਿਰ ਉਹਨੂੰ ਦੱਸਿਆ ਗਿਆ ਵੀ ਕਿਤੇ ਕਿਤੇ ਤੁਸੀਂ ਇਹਨਾਂ ਦੇ ਆਪਣਾ ਗੰਨਾ ਫਿੱਟ ਕਰ ਲਓ ਅਤੇ ਉਹ ਮੋਰਚਾ ਫਰੰਟ 'ਤੇ ਸੀ ਸਾਨੂੰ ਪਤਾ ਸੀ ਵੀ ਉਹ ਬਹੁਤ ਉਹਨਾਂ ਨੂੰ ਵੀ ਪਤਾ ਸੀ ਵੀ ਬਹੁਤ ਚਿਰ ਨਹੀਂ ਕੱਢਣਗੇ ਜਦੋਂ ਵੀ ਇਹਦਾ ਪਤਾ ਲੱਗੂਗਾ ਇਹ ਉੱਡ ਜੂਗਾ ਉਸੇ ਵੇਲੇ ਕਿਉਂਕਿ ਉਹਦੇ ਬਿਲਕੁਲ ਸਾਡੇ ਸਾਹਮਣੇ ਇੱਕ ਉੱਚੀ ਬਿਲਡਿੰਗ ਸੀ ਮੁਕੋਦੀ ਹੁੰਦੀ ਸੀ ਉੱਥੇ ਉਹਨਾਂ ਦਾ CRP ਦਾ ਉੱਪਰ ਮੋਰਚਾ ਸੀ ਬਹੁਤ ਉਹ ਸਾਡੇ ਤੋਂ ਉੱਚਾ ਸੀਗਾ ਜਲਿਆਂ ਵਾਲੇ ਬਾਗ ਕੋਲ ਉਹਨਾਂ ਦੇ ਟੈਂਕ ਖੜ੍ਹੇ ਸੀ ਉਹ ਸਾਨੂੰ ਦੇਖਦੇ ਸੀ ਅਤੇ ਜਦੋਂ ਵੀ ਅਸੀਂ ਹਿਲ ਜੁਲ ਕਰਦੇ ਹਾਂ ਉੱਪਰ ਸਾਡਾ ਮੋਰਚਾ ਇਸ ਕਰਕੇ ਬਚਿਆ ਰਿਹਾ ਵੀ ਜਿਹੜੇ ਸਾਡੇ ਬੁਰਜ ਅਤੇ ਸਿੰਘ ਸੀਗੇ ਰਾਮਗੜੀਆ ਬੁੰਗੇ 'ਤੇ ਉਹ ਬਹੁਤ ਦ੍ਰਿੜਤਾ ਨਾਲ ਲੜ ਰਹੇ ਸੀਗੇ ਅਤੇ ਉਹ ਸਮਝਦੇ ਵੀ ਇਸ ਹੋਟਲ 'ਚੋਂ ਗੋਲੀ ਨਹੀਂ ਆ ਰਹੀ ਬੁੰਗੇ ਤੋਂ ਆਉਂਦੀ ਆ ਉਹ ਸਾਡੇ ਤੋਂ ਉੱਚੇ ਸੀਗੇ ਸਾਡੇ ਬੈਕ 'ਤੇ ਉਹ ਸੀਗੇ ਮੋਹਰੇ 'ਤੇ ਅਸੀਂ ਸੀ
ਉਹ ਉਹਨਾਂ ਨੂੰ ਬਹੁਤਾ ਚਿਰ ਤਾਂ ਪਤਾ ਹੀ ਨਹੀਂ ਲੱਗਾ, ਤਿੰਨ ਦਿਨ ਅਤੇ ਚਾਰ ਦੇ ਦਿਨ ਸਾਰਾ ਲੰਘ ਗਿਆ, ਰਾਤ ਵੀ ਲੰਘ ਗਈ, ਪੰਜ ਵੀ ਲੰਘ ਗਿਆ, ਪੰਜ ਦੀ ਸ਼ਾਮ ਨੂੰ ਜਾ ਕੇ ਉਹਨਾਂ ਨੂੰ ਪਤਾ ਲੱਗਾ ਵੀ ਇੱਥੋਂ ਆਉਂਦੀ। ਫਿਰ ਤਾਂ ਉਹਨਾਂ ਉਡਾ ਦਿੱਤਾ ਨਾ ਸਾਡਾ, ਉਹ ਸਾਡੇ ਸ਼ੇਖਰ ਸਿੰਘ ਸ਼ੀਰ ਹੋ ਕੇ, ਫਿਰ ਸਾਨੂੰ ਜਨਰਲ ਸੁਰੇਸ਼ ਹੋਣਾ ਵੀ ਕਿਹਾ ਸੀ ਵੀ ਤੁਸੀਂ ਬਾਹਰ ਨੂੰ ਨਹੀਂ ਭੱਜਣਾ, ਜੇ ਬਾਹਰ ਭੱਜੋਗੇ ਤਾਂ ਮਾਰੇ ਜਾਓਗੇ, ਤੁਸੀਂ ਜਦੋਂ ਵੀ ਆਉਣਾ ਤੁਸੀਂ ਅੰਦਰ ਵਾਲੇ ਪਾਸੇ ਨੂੰ ਛਾਲਾਂ ਮਾਰਨੀਆਂ। ਅੱਛਾ, ਕਿਵੇਂ ਜਦੋਂ ਮੋਰਚਾ ਅੜਾਇਆ, ਕਿਵੇਂ ਕਿੰਨਾ ਹਾਲਾਤ ਆ ਜੇ ਤੁਸੀਂ? ਉਹ ਤਾਂ ਅਸੀਂ ਵੱਖ ਵੱਖ ਸੀ ਬਿਲਡਿੰਗਾਂ ਦੇ ਵਿੱਚ, ਚਾਰ ਪੰਜ ਪੰਜ ਛੇ ਜਾਣੇ, ਅਤੇ ਮੈਂ ਅਜੇ ਕਹਿ ਕੇ ਨਿਕਲਿਆ ਸੀ ਵੀ ਸਾਡੇ ਮੋਰਚੇ 'ਤੇ ਫਾਇਰਿੰਗ ਆਉਣੀ ਸ਼ੁਰੂ ਹੋ ਗਈ ਆ, ਇਹ ਮੋਰਚਾ ਛੇਤੀ ਕਾਬੂ ਆਊਗਾ, ਤੁਸੀਂ ਆਪਣੇ, ਮੈਂ ਇੱਕ ਪਿੱਛੋਂ ਵਾਰੀ ਤੋੜੀ ਆ ਦਰਬਾਰ ਸਾਹਿਬ ਵਾਲੇ ਪਾਸੇ ਨੂੰ, ਤੁਸੀਂ ਉੱਧਰ ਨੂੰ ਹੀ ਆਉਣਾ, ਸਾਰਿਆਂ ਨੇ ਤੀਜੀ ਮੰਜ਼ਿਲ 'ਤੇ ਨਿਕਲਣਾ, ਉੱਥੋਂ ਛਾਲਾਂ ਵੱਜਣਗੀਆਂ। ਉੱਥੇ ਅਸੀਂ ਛਾਲ ਮਾਰਨ ਦਾ ਜਗਾੜ ਵੀ ਬਣਾ ਲਿਆ ਸੀ ਸਾਰਾ, ਅਤੇ ਉਹ ਜਦੋਂ ਉਹਨਾਂ ਨੇ ਸ਼ਟਰ 'ਚ ਮਾਰਿਆ ਬੰਬ ਵੱਡਾ, ਉਹ ਇੱਕਦਮ ਉਹ ਕਮਾਂਡੋ ਆਏ ਅਤੇ ਮੈਂ ਅਜੇ ਉੱਪਰ ਵੜਿਆ ਸੀ ਆ ਕੇ, ਅਤੇ ਉਹ ਹੈਂਡਸ ਅਪ ਹੋ ਗਈ ਕਮਾਂਡੋ ਨੇ, ਪਤਾ ਨਹੀਂ ਕਿਹੜੇ ਕਿਵੇਂ ਉਹਨਾਂ ਐਕਸ਼ਨ ਕੀਤਾ ਕਿਵੇਂ ਨਹੀਂ, ਉਹ ਤਾਂ ਉਹਨਾਂ ਦੀ ਸਟ੍ਰੈਟਜੀ ਸੀਗੀ, ਪਰ ਉਹਨੂੰ ਪਤਾ ਲੱਗ ਚੁੱਕਾ ਸਾਡਾ। ਫਿਰ ਉਹਨੇ ਦੋ ਚਾਰ ਬੰਬ ਮਾਰ ਕੇ ਨਾ ਸਾਰੇ ਉਹਨਾਂ ਧੂੰਆਂ ਕਰ ਲਿਆ ਵੱਡਾ, ਅਤੇ ਉਹ ਫਿਰ ਹੈਂਡਸ ਅਪ ਕੀਤੇ, ਉਹ ਦੋ ਚਾਰ ਬੰਦਿਆਂ ਨੂੰ ਉਹਨਾਂ ਨੇ ਗੋਲੀਆਂ ਮਾਰਤੀਆਂ, ਜਿਹੜੇ ਥੱਲੇ ਵਾਲੀ ਮੰਜ਼ਿਲ ਵਾਲੀ ਉਹ ਸਾਰੇ ਮਾਰੇ ਗਏ, ਅਸੀਂ ਤੀਜੀ ਮੰਜ਼ਿਲ ਵਾਲੇ ਸਾਰੇ ਛਾਲਾਂ ਮਾਰ ਗਏ, ਇੱਕ ਬੰਦਾ ਸਾਡਾ ਆ ਕੇ ਫਿਰ ਉਹ ਬਾਹਰ ਨੂੰ ਭੱਜ ਉੱਠਿਆ, ਉਹ ਪੰਥਜੀਤ ਸੀ ਆਪਣੇ ਗੋਦਰਪੁਰੇ ਦਾ, ਆਪਣੇ ਮੇਰੇ ਨਾਲ ਛੋਟਾ ਮੁੰਡਾ, ਅਤੇ ਉਹ ਵਿਚਾਰਾ ਬਾਹਰ ਭੱਜਿਆ, ਉਹਦੀ ਉੱਥੇ ਗੋਲੀ ਵੱਜ ਗਈ, ਉਹਦੀ ਮੌਤ ਬਾਹਰਲੇ ਬੰਨੇ ਹੋ ਗਈ, ਪਰ ਅਸੀਂ ਫਿਰ ਅੰਦਰ ਅਸੀਂ ਵੀ ਫੜੇ ਗਏ ਰਾਤ ਮੁੜ ਕੇ। ਅੱਛਾ, ਤੁਸੀਂ ਉਦੋਂ ਮੌਕੇ 'ਤੇ ਕਿੱਧਰ ਨੂੰ? ਅਸੀਂ ਅੰਦਰ ਨੂੰ ਭੱਜੇ। ਅੱਛਾ, ਅਤੇ ਅੰਦਰ ਭੱਜੇ ਅਤੇ ਅਗਲੇ ਬੰਨੇ ਸਰਾਂ ਵਾਲੇ ਪਾਸੇ, ਸਰਾਂ ਵਾਲੇ ਪਾਸੇ ਨਿਕਲਣ ਲੱਗੇ ਵੀ ਇੱਧਰ ਜਾ ਕੇ ਅੰਦਰ ਜਾਂਦੇ ਹਾਂ, ਇੱਧਰੋਂ ਤਾਂ ਘੰਟਾ ਘਰ ਵਾਲੇ ਪਾਸੇ ਤਾਂ ਜਾ ਨਹੀਂ ਸਕਦੇ, ਉੱਥੇ ਤਾਂ ਫਾਇਰਿੰਗ ਅਤੇ ਮਿਲਟਰੀ ਬਹੁਤ ਪਹੁੰਚ ਚੁੱਕੀ ਸੀ ਲਾਗੇ ਲਾਗੇ, ਉਹ ਅਸੀਂ ਉੱਧਰ ਨੂੰ ਭੱਜੇ ਅਤੇ ਉਹਨਾਂ ਨੇ ਜਾਂਦੇ ਸਾਨੂੰ ਕਾਬੂ ਕਰ ਲਿਆ। ਫਿਰ ਉਹਨਾਂ ਨੇ ਬਹੁਤ ਕੁੱਟੇ ਮਾਰੇ, ਬਹੁਤ ਜੋਤ ਬਹੁਤ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ, ਉਹ ਕੁਦਰਤੀ ਕੋਈ ਨਾ ਕੋਈ ਜਰਨੈਲ ਜਰੂਰ ਆ ਜਾਂਦਾ ਰਿਹਾ, ਸਾਡੀ ਜਾਨ ਬਖਸ਼ੀ ਜੀ ਹੋ ਗਏ ਅਤੇ ਗਾਂ ਮੁੜ ਕੇ ਸਾਨੂੰ ਜਾ ਕੇ ਸਾਹਮਣੇ ਕਰਕੇ ਬਿਠਾ ਦਿੱਤਾ ਉੱਥੇ ਬਾਬੇ ਦੀਪ ਸਿੰਘ ਦੇ ਬੁੰਗੇ ਕੋਲੇ, ਅਤੇ ਟੈਂਕ ਤੋੜਿਆ ਸੀਗਾ। ਅੱਛਾ, ਉਹਦੇ ਲਾਗੇ ਉਹਨੇ ਬਿਠਾ ਦਿੱਤਾ, ਉੱਥੇ 28 ਘੰਟਿਆਂ ਨੂੰ ਬਿਠਾ ਰਿਹਾ, ਉੱਧਰ ਨੂੰ ਮੂੰਹ ਕਰਕੇ ਕੱਲ੍ਹ ਤੱਕ ਵਾਲੇ ਪਾਸੇ ਨਾਲ ਬੈਠੇ ਰਹੇ, ਕੋਈ ਬੰਦੇ ਸਾਰੇ ਉੱਥੇ ਮਰ ਗਏ, ਕੁਛ ਸਰੋਵਰ ਛਾਲਾਂ ਮਾਰ ਗਏ, ਕੋਸ਼ਿਸ਼ ਕਰਦੇ ਰਹੇ ਮਰਨ ਮੁਰਨ ਦੀ ਵੀ ਨਹੀਂ ਹੋਣਾ, ਇਹਨਾਂ ਨੇ ਉੱਦਾਂ ਮਾਰਨਾ ਥੱਲੇ ਦੇ ਕੇ ਟੈਂਕਾਂ ਦੇ, ਤਾਂ ਇੱਦਾਂ ਮਰਜ਼ੀ ਜੇ। ਅਤੇ ਉਹ ਫਿਰ ਜਿਹੜਾ ਅਸੀਂ ਬੈਠੇ ਬੁੱਠੇ ਰਹੇ ਸੰਤਾਂ ਦੇ ਵਿੱਚ, ਜਦੋਂ ਕੰਪਲੀਟ ਹੋਇਆ ਸਾਰਾ, ਅਸੀਂ ਉਹ ਦੇਖਿਆ। ਅੱਛਾ, ਮਤਲਬ ਇਹਨਾਂ ਨੇ ਜੋ ਕੰਪਲੀਟ ਐਕਸ਼ਨ ਕੀਤਾ ਉਹ ਸਾਰਾ ਸਾਡੇ ਅੱਖਾਂ ਦੇ ਸਾਹਮਣੇ ਹੋਇਆ, ਬਹੁਤ ਸਿੰਘਾਂ ਨੇ ਗੋਲੀ ਚਲਾਈ, ਬਹੁਤ ਸਿੰਘਾਂ ਨੇ ਬਹੁਤ ਜ਼ੁਰਤ ਨਾਲ ਲੜੇ, ਸੰਤ ਉੱਤਰ ਦੇਖੇ। ਅੱਛਾ, ਮਤਲਬ ਸ਼ਹੀਦ ਹੁੰਦੇ ਦੇਖੇ, ਇਹ ਸਾਰਾ ਕੁਝ ਸਿਸਟਮ ਅਸੀਂ ਅੱਖਾਂ ਨਾਲ ਦੇਖਿਆ ਸਾਰਾ। ਕੀ ਹਾਲਾਤ ਸਨ ਜਦੋਂ ਮਤਲਬ ਤੁਹਾਨੂੰ ਉੱਥੇ ਬੰਨਿਆ, ਸੰਗਤ ਸੀ ਉੱਥੇ ਜਾਂ ਕੀ, ਮਤਲਬ ਪ੍ਰਕਰਮਾਂ ਦੇ ਵਿੱਚ ਕਿਹੋ ਜਿਹਾ ਹਾਲਾਤ? ਪ੍ਰਕਰਮਾਂ ਚ ਆਰਮੀ ਸੀ ਬਹੁਤ ਜ਼ਿਆਦਾ, ਖੂਨ ਸੀ ਬਹੁਤ ਜ਼ਿਆਦਾ, ਲਾਸ਼ਾਂ ਸੀ ਬਹੁਤ ਜ਼ਿਆਦਾ, ਜਿਹੜੀ ਮੈਨੂੰ ਘਟਨਾ ਮੈਂ ਅੱਗੇ ਬਹੁਤ ਵਾਰੀ ਇੰਟਰਵਿਊ 'ਚ ਕਿਹਾ ਸੀ, ਬਹੁਤ ਮੈਂ ਉੱਥੇ ਬੈਠੇ ਸੀ, ਲਿਜਾ ਰਹੇ ਸਾਨੂੰ ਉੱਥੇ ਬਿਠਾਉਣ ਵਾਸਤੇ, ਇੱਕ ਛੋਟਾ ਜਿਹਾ ਬੱਚਾ ਆਪਣੀ ਮਾਂ ਦੀ ਛਾਤੀ 'ਤੇ ਖੇਡਣ ਡਿਆ, ਛੋਟਾ ਜਿਹਾ ਹੋਊਗਾ, ਤੋ ਬਹੁਤ ਗੁੱਸੇ ਸੀ ਆਰਮੀ ਵਾਲੇ ਉਸ ਵੇਲੇ, ਤੋ ਜਨਾਨੀ ਮਰੀ ਪਈ ਸੀ ਵਿਚਾਰੀ, ਅਤੇ ਉਹਨੇ ਚੁੱਕ, ਇੱਕ ਨੇ ਤਾਂ ਚੁੱਕਿਆ, ਦੂਜੇ ਨੇ ਥੱਲੇ ਉਹਨੂੰ ਬ੍ਰੈਸਟ ਮਾਰਿਆ, ਅਤੇ ਉਹ ਖੱਖੜੀ ਕਰਤਾ ਬੱਚਾ ਉਹ ਵੇਲੇ, ਉਹ ਜਿਹੜਾ ਸੀ ਨਾ ਉਹ ਔਖਾ ਸੀ ਮੰਜ਼ਰ ਦੇਖਣਾ, ਉਹ ਸੀਗਾ ਜ਼ਿਆਦਾ ਦੁਖਦਾਈ, ਉਹ ਜਿਹੜੀਆਂ ਭੁੱਲਦੀਆਂ ਨਹੀਂ ਕਈ ਗੱਲਾਂ ਜਿਹੜੀਆਂ। ਬਾਬਾ ਦੀਪ ਸਿੰਘ ਦੇ ਬੁੰਗੇ ਕੋਲੋਂ ਸ਼੍ਰੀ ਦਰਬਾਰ ਸਾਹਿਬ ਸਾਹਮਣੇ ਆ, ਹਾਂ, ਕੀ ਉੱਥੇ ਮਤਲਬ ਦਰਬਾਰ ਸਾਹਿਬ ਦਾ ਮਾਹੌਲ, ਆਉਣਾ ਜਾਣਾ ਕਿਸੇ ਦਾ ਸੀ ਉੱਥੇ ਜਾਂ ਕੁਛ? ਬਿਲਕੁਲ ਨਹੀਂ, ਕੋਈ ਬਿਰਲਾ ਬਿਰਲਾ ਸਿੰਘ ਪਾਣੀ ਲੈਣ ਵਾਸਤੇ ਨਿਕਲਦੇ ਸੀ, ਉਹ ਕੋਈ ਨਾ ਕੋਈ ਮਾਰਿਆ ਜਾਂਦਾ ਸੀ, ਕੋਈ ਭੱਜ ਕੇ ਬਾਜੀ ਲੈ ਕੇ ਨਿਕਲ ਜਾਂਦਾ ਸੀ, ਉਹ ਜਿੰਨਾ ਕਿ ਅਸੀਂ ਦੇਖਿਆ, ਨਹੀਂ ਤਾਂ ਉਸ ਵੇਲੇ ਤੱਕ ਤਾਂ ਉਹ ਸਾਰਾ ਕੁਛ ਮੁੱਕ ਚੁੱਕਾ ਸੀਗਾ। 6 ਜੂਨ ਨੂੰ ਸਵੇਰ ਦੇ ਹਾਲਾਤ ਜਿਵੇਂ ਜੋ ਕੁਛ ਵਾਪਰਿਆ, ਕਿਹੜੇ ਪਾਸਿਓਂ ਆ ਕੇ ਫੌਜ ਨੇ ਜਿਹੜਾ, ਕਿਉਂਕਿ ਚਾਰ ਸਪਰੇ ਵੜ ਗਈ ਉਦੋਂ, ਮਤਲਬ ਸੰਤਾਂ ਨੂੰ ਜਦੋਂ ਥੱਲੇ ਉੱਤਰ ਆਇਆ, ਫਿਰ ਤਾਂ ਪਤਾ ਨਹੀਂ ਕਿੱਥੋਂ ਗੋਲੀਆਂ ਚੱਲੀਆਂ ਨੇ, ਕਿੰਨੀਆਂ ਚੱਲੀ ਆ ਪਤਾ ਨਹੀਂ, ਉਹ ਜਿਹੜੀ ਅੱਧਾ ਪੌਣਾ ਘੰਟਾ ਗੋਲੀ ਚੱਲੀ ਹੈ ਨਾ, ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕਿੰਨੀ ਚੱਲੀ, ਮਤਲਬ ਕਿੰਨੇ ਹਜ਼ਾਰ ਚੱਲੀ ਹੋਊ, ਉਹਨਾਂ ਨੇ ਮਤਲਬ ਕੋਈ ਇਹ ਨਹੀਂ ਦੇਖਿਆ ਵੀ ਕਿੰਨੀਆਂ ਗੋਲੀਆਂ ਚਲਾਉਣੀਆਂ, ਕਿੱਦਾਂ ਕਿੰਨੇ ਬੰਦੇ ਮਾਰਨੇ ਆ, ਉਹਨਾਂ ਕੋਲ ਜੋ ਹੋਇਆ ਉਹਨਾਂ ਕੀਤਾ, ਕਿਉਂਕਿ ਉਹਨਾਂ ਨੂੰ ਗੁੱਸਾ ਬਹੁਤ ਸੀ, ਉਹਨਾਂ ਦੀ ਆਰਮੀ ਬਹੁਤ ਜ਼ਿਆਦਾ ਉਸ ਵੇਲੇ ਤੱਕ ਮਰ ਚੁੱਕੀ ਸੀ, ਅਤੇ ਸਾਡੇ ਹੁੰਦਿਆਂ ਲਿਜਾ ਰਹੇ ਸੀ ਆਰਮੀ ਨੂੰ ਕੱਢ ਕੱਢ ਕੇ, ਲਾਸ਼ਾਂ ਉਹਨਾਂ ਦੀ ਚੁੱਕ ਚੁੱਕ ਕੇ ਲਿਜਾ ਰਹੇ ਸੀ, ਫਿਰ ਗੁੱਸੇ 'ਚ ਕਹਿੰਦੇ ਅਰੇ ਹਮਾਰਾ ਬਾਈ ਮਾਰ ਡਾਲਾ ਹੋਏ, ਉਹ ਫਿਰ ਸਾਡੇ ਸਿਰ 'ਚ ਹੀ ਮਾਰਦੇ, ਕੋਈ ਬੱਟ ਮਾਰਦਾ, ਕੋਈ ਟੋਪ ਲਾ ਕੇ ਸਿਰ 'ਚ ਮਾਰਦਾ ਸੀ, ਕੋਈ ਫੁੱਟ ਮਾਰਦਾ ਸੀ ਜਾ ਕੇ ਸਾਡੇ ਨੱਕ ਕੰਨ 'ਤੇ, ਕੋਈ ਨੱਕ 'ਤੇ ਜਿੱਥੇ ਜੀ ਕਰਦਾ ਸੀ, ਗੁੱਸੇ ਜਾਂਦੇ, ਉਹ ਗੁੱਸਾ ਉਹਨਾਂ ਨੇ ਸੀ। ਉੱਥੋਂ ਭਾਈ ਅਮਰੀਕ ਸਿੰਘ ਸੰਤ, ਉਹਨਾਂ ਦੀ ਦੇਹ ਜਿਹੜੀ ਆ ਕਦੋਂ ਲਿਜਾਈ, ਕਿਉਂਕਿ ਦੇਖਿਆ ਕੋਈ ਯਾਦ ਹੋ? ਇਹ 7 ਤਰੀਕ ਨੂੰ ਕੱਢੀਆਂ ਨੇ ਸ਼ਾਮ ਨੂੰ। ਅੱਛਾ, 7 ਤਰੀਕ ਨੂੰ ਜਦੋਂ ਸਾਨੂੰ ਇਹਨਾਂ ਨੇ ਉੱਥੋਂ ਮੁੜ ਕੇ ਉਠਾਇਆ, 28 ਘੰਟੇ ਅਸੀਂ ਬੱਝੇ ਰਹੇ, ਜਦੋਂ ਇਹਨਾਂ ਨੇ ਆਪਰੇਸ਼ਨ ਕੰਪਲੀਟ ਜਿਹਾ ਕਰ ਲਿਆ, ਫਿਰ ਇਹਨਾਂ ਫੌਜੀਆਂ ਦੀਆਂ ਲਾਸ਼ਾਂ ਪਹਿਲਾਂ ਚੁੱਕ ਲਈਆਂ ਸਾਰੀਆਂ, ਉਦੋਂ ਬਾਅਦ ਮੈਨੂੰ ਵੀ ਕਹਿੰਦੇ ਵੀ ਸ਼ਨਾਖਤ ਕਰ, ਕੁਦਰਤ ਕਈ ਵਾਰੀ ਬੜੀ ਮਦਦ ਕਰ ਜਾਂਦੀ ਹੈ, ਜਦੋਂ ਬੰਦੇ ਨੇ ਬਚਣਾ ਹੋਵੇ
ਉਹ ਅਸੀਂ ਨਾ ਬਾਬੇ ਖੜਕ ਸੋਹਣਾ ਦੇ ਜਿੱਥੇ ਹੁਣ ਲੰਗਰ ਦੀ ਬਿਲਡਿੰਗ ਕਿਤੇ ਬਾਬੇ ਖੜਕ ਸੋਹਣੇ ਰਹਿੰਦੇ ਹੁੰਦੇ, ਅਸੀਂ ਉਹਨਾਂ ਕੋਲ ਲੰਗਰ ਛਕਣ ਚਲੇ ਜਾਂਦੇ ਹਾਂ। ਲੰਗਰ ਆਪਣਾ ਤਾਂ ਵਧੀਆ ਉਦੋਂ ਬਣਦਾ ਨਹੀਂ ਅਤੇ ਰਹਿਣਾ ਚੌਵੀ ਘੰਟੇ ਤਾਂ ਉਹਨਾਂ ਨੇ ਸਾਨੂੰ ਆਖਣਾ ਅਸੀਂ ਲੰਗਰ ਛਕੋ, ਉੱਥੇ ਸਿੰਘ ਸਾਹਿਬ ਲੰਗਰ ਛਕਾਉਂਦਾ ਹੁੰਦਾ। ਉਹ ਕੁਦਰਤੀ ਮੇਰੇ ਨਾਲ ਇੱਥੇ ਬੱਜਾ ਬੈਠਾ ਸੀ, ਉਧਰੋਂ ਫੜ ਕੇ ਖੜੇ ਹੋਣੇ ਆ। ਉਹ ਜਦੋਂ ਮੈਨੂੰ ਉਹਨੇ ਠਾਇਆ ਤਾਂ ਉਹ ਮੈਨੂੰ ਜਾਣਦਾ ਸੀ, ਤਾਂ ਉਹਨੇ ਮੇਰੀ ਹਾਲਤ ਵੇਖੀ ਵੀ ਬੜੀ ਬੁਰੀ ਹਾਲਤ ਹੈ ਇਹਦੀ ਮੁੰਡੇ ਦੀ, ਅਤੇ ਮੈਂ ਉਹ ਕਹਿੰਦਾ ਜੀ ਮੈਨੂੰ ਪਤਾ ਮੈਂ ਜਾਣਾ। ਉਹਨੂੰ ਨਾਲ ਲੈ ਗਏ, ਜਦੋਂ ਉਹਨੇ ਉਂਗਲ ਕੀਤੀ ਉਹਨਾਂ ਉਹਦੇ ਨਾਲ ਹੀ ਮਜਦੂਰ ਨੂੰ ਵੀ ਛੁੱਟਤਾ ਉੱਥੇ ਨਾਲ ਹੀ, ਉਹ ਉੱਥੇ ਮਾਰਤਾ। ਉਹ ਸਾਨੂੰ ਲੱਗਿਆ ਵੀ ਮੇਰੀ ਕਿਸਮਤ ਸੀ, ਚਲੋ ਉਹਨਾਂ ਨੇ ਉਹ ਮੁੜ ਕੇ ਫੌਜ ਉੱਧਰ ਰੁੱਝ ਗਈ, ਇੱਧਰ ਕੋਈ ਜਰਨੈਲ ਆ ਗਿਆ, ਉਹ ਸਾਡੇ ਇੱਧਰ ਵੀ ਅਸੀਂ ਬਚਾਅ ਹੋ ਗਿਆ। ਉੱਧਰ ਚੁੱਕਦੇ ਚੱਕਦੇ ਰਹੇ ਲਾਸ਼ਾਂ ਲੁੱਛਾਂ ਚੁੱਕਦੇ, ਬਹੁਤ ਸਾਰਾ ਮੰਜ਼ਰ ਸੀ ਅੰਦਰ, ਦੇਖਣ ਵਾਲਾ ਮੰਜ਼ਰ ਨਹੀਂ ਸੀ ਦੇਖਣਾ ਵੀ ਆਪਾਂ ਦੇਖ ਸਕੀਏ ਜਾਂ ਦੇਖ ਕੇ। ਸਾਡੇ ਇੱਕ ਦ੍ਰਿੜਤਾ ਸੀ, ਵਿਸ਼ਵਾਸ ਸੀ ਵੀ ਅਸੀਂ ਜੰਗ ਲੜੀ ਆ ਅਤੇ ਜੰਗੀ ਕੈਦੀਆਂ ਨਾਲ ਇਹੋ ਹਾਲ ਹੁੰਦਾ ਜੋ ਸਾਡੇ ਨਾਲ ਹੋ ਰਿਹਾ। ਜਨਰਲ ਸੁਵੇਕ ਸਿੰਘ ਦੀ ਇੱਕ ਤਸਵੀਰ ਮਿਲਦੀ ਆ ਮ੍ਰਿਤਕ ਦੇਹ ਦੀ, ਵੀ ਰੱਸੇ ਰੁੱਸੇ ਉਹਨੂੰ ਪਏ, ਕਿਹਾ ਜਾਂਦਾ ਕਿ ਲਾਸ਼ ਦੀ ਬੜੀ ਉਹਨਾਂ ਬੇਅਦਬੀ ਕੀਤੀ, ਕੁਛ ਵਾਪਰਿਆ ਤੁਹਾਡੇ ਸਾਹਮਣੇ ਜਿਹਾ? ਨਹੀਂ ਉਹ ਵੇਖੋ ਮੈਂ ਨਹੀਂ ਦੇਖਿਆ, ਪਰ ਇਹ ਮੈਨੂੰ ਜ਼ਰੂਰ ਪਤਾ ਵੀ ਸੰਤ ਜਨਰਲ ਸੁਵੇਕ ਸਿੰਘ ਰਾਤ 5 ਦੀ ਰਾਤ ਨੂੰ ਸ਼ਹੀਦ ਹੋ ਗਏ ਸੀ, ਉਹਨਾਂ 'ਤੇ ਗੋਲੀ ਲੱਗ ਗਈ ਸੀ। ਅਸੀਂ ਵੇਖਿਆ ਉੱਤੋਂ, ਸਾਡਾ ਜਿਹੜਾ ਹੋਟਲ ਸੀ ਨਾ, ਸਾਡਾ ਹੋਟਲ ਦਾ ਨਾਂ ਹੀ ਟੈਂਪਲ ਵਿਊ ਸੀਗਾ, ਉੱਥੋਂ ਅੰਦਰ ਸਾਰਾ ਕੁਛ ਹੀ ਦਿਖਦਾ ਸੀ। ਅਤੇ ਮੈਂ ਚਲੋ ਮੈਂ ਕਮਾਂਡ ਕਰਦਾ ਸੀ ਉਸ ਮੋਰਚੇ ਦੀ, ਮੈਂ 4 ਸਵੇਰੇ ਹਰ ਮੋਰਚੇ 'ਤੇ ਆਪਣੇ ਉੱਪਰਲੀ ਮੰਜ਼ਿਲ ਥੱਲੇ ਮੰਜ਼ਿਲ ਨੂੰ ਜਾਣਾ ਪੈਂਦਾ ਸੀ ਘੜੀ ਘੜੀ, ਅਤੇ ਮੈਂ ਅੰਦਰ ਵੀ ਝਾਤੀ ਮਾਰਦਾ ਸੀ ਪਰਿਕਰਮਾ ਵਾਲੀ। ਜਨਰਲ ਸੁਵੇਕ ਸਿੰਘ ਨੂੰ ਅਸੀਂ ਫਿਰਦਿਆਂ ਵੀ ਦੇਖਿਆ, ਅਤੇ ਮੇਰੇ ਇੰਟਰਕੌਮ 'ਤੇ ਮੇਰੇ ਨਾਲ ਬਹੁਤ ਉਹਨਾਂ ਦੀਆਂ ਭਾਈ ਅਮਰੀਕ ਸਿੰਘ ਦੀ ਵੀ ਗੱਲ ਹੁੰਦੀ ਰਹੀ, ਜਨਰਲ ਸੁਵੇਕ ਸਿੰਘ ਦੀ ਵੀ ਗੱਲ ਹੁੰਦੀ ਰਹੀ ਵੀ ਤਗੜੇ ਹੋ ਜਾਓ, ਤੁਸੀਂ ਤਗੜੇ ਹੋ ਜਾਓ। ਉਹਨਾਂ ਨੇ ਸਾਨੂੰ ਜਿੰਨੀ ਕੁ ਵਾਰੀ ਕਿਹਾ ਵੀ ਤਗੜੇ ਹੋ ਜਾਓ, ਆਪਾਂ ਜਿੱਤਾਂਗੇ, ਤਗੜੇ ਹੋ ਜਾਓ। ਉਹ ਜਦੋਂ ਕਰਦੇ ਸੀ ਇਹ ਗੱਲਾਂ, ਤਾਂ ਲੱਗਦਾ ਸੀ ਵੀ ਜਨਰਲ ਸੁਵੇਕ ਸਿੰਘ ਹੀ ਵਿਹੜੇ 'ਚ ਇਕੱਲਾ ਫਿਰਦਾ ਸੀ, ਹੋਰ ਨਹੀਂ ਸੀ ਕੋਈ। ਉਹ ਜਰਨੈਲ ਨੂੰ ਉਹਨੂੰ ਜਿਵੇਂ ਡਰ ਨਹੀਂ ਹੁੰਦਾ ਮੌਤ ਦਾ। ਜਦੋਂ ਰਾਤ ਗੋਲੀ ਲੱਗੀ ਆ, ਤਾਂ ਸੰਤਾਂ ਕੋਲ ਦੱਸਿਆ ਮੈਨੂੰ ਸਿੰਘਾਂ ਨੇ ਵੀ ਸੰਤਾਂ ਕੋਲ ਗਏ ਨੇ ਸ਼ਾਮ ਨੂੰ, ਅਤੇ ਸੰਤਾਂ ਕੋਲ ਜਾ ਕੇ ਵੀ ਮੇਰੀ ਡਿਊਟੀ ਪੂਰੀ ਹੋ ਗਈ, ਅਤੇ ਮੈਨੂੰ ਤੁਸੀਂ ਹੁਣ ਆਪਣੇ ਸੰਤਾਂ ਨੇ ਆਪਣੀ ਗੋਦੀ 'ਚ ਪਾਇਆ, ਅਤੇ ਖੂਨ ਵਗ ਰਿਹਾ ਸੀ, ਅਤੇ ਉੱਥੇ ਸਵਾਸ ਦਿੱਤੇ ਸੰਤਾਂ ਕੋਲ ਉਹਨੇ। ਬਾਅਦ 'ਚ ਕੱਢੀ ਹੋਈ ਲਾਸ਼ ਹੁਣ ਸਾਡੇ ਸਾਹਮਣੇ ਨਹੀਂ ਉਹਨਾਂ ਕੋਲ। ਗੁਰੂ ਰਾਮਦਾਸ ਸਰਾਂ ਦੇ ਵਿੱਚ ਵੀ ਦੱਸਿਆ ਜਾਂਦਾ ਕਿ ਸੰਗਤ ਨਾਲ ਬਹੁਤ ਜ਼ੁਲਮ ਕੀਤਾ ਗਿਆ, ਤੁਸੀਂ ਕੋਈ ਸੁਣਿਆ ਹੋਵੇ ਉਦੋਂ? ਮੈਂ ਮੇਰਾ ਛੋਟਾ ਬ੍ਰਦਰ ਉੱਧਰ ਸੀਗਾ, ਸਰਦਾਰ ਰਣਧੀਰ ਸਿੰਘ, ਫੈਡਰੇਸ਼ਨ ਵਾਲੇ ਸਾਰੇ ਉੱਧਰ ਸੀਗੇ, ਮੈਂ ਇਕੱਲਾ ਹੀ ਇੱਧਰ ਫੈਡਰੇਸ਼ਨ ਦਾ ਜਿਹੜੇ ਜ਼ਿੰਮੇਵਾਰਾਂ 'ਚੋਂ ਮੈਂ ਇਕੱਲਾ ਹੀ ਮੋਰਚੇ ਸੀਗਾ, ਬਾਕੀ ਸਾਰੇ ਅਕਾਲ ਰੈਸਟ ਹਾਊਸ ਵਾਲੇ ਪਾਸੇ, ਟੈਂਕੀ ਵਾਲੇ ਪਾਸੇ ਜਾਂ ਸਰਾਂ ਵਾਲੇ ਪਾਸੇ ਸੀਗੇ। ਅਤੇ ਉੱਧਰ ਇਹਨਾਂ ਨੇ ਬਹੁਤ ਇਕੱਠੇ ਕਰਕੇ ਦੱਸਿਆ ਵੀ ਉੱਥੇ 500-700 ਬੰਦਾ ਸਰਾਂ 'ਚ ਇਕੱਠਾ ਕਰਕੇ ਥੱਲੇ ਉੱਤੋਂ ਬੰਬ ਮਾਰ ਕੇ ਉਦੋਂ ਇਹਨਾਂ ਨੇ ਸ਼ਹੀਦ ਕੀਤੇ ਸਾਰੇ ਜਿਹਨੂੰ ਫੜੇ ਗਏ। ਉਹ ਜ਼ੁਲਮ ਕੀਤਾ ਇਹਨਾਂ ਨੇ, ਅਤੇ ਇਹ ਬੰਦੇ ਸਾਡੇ ਜਿਹੜੇ ਸੰਤ ਲੌਂਗੋਵਾਲ ਕੋਲ ਟੋਹਰਾ ਸਾਹਿਬ ਕੋਲ ਚੋਂ ਦੀ ਨਿਕਲ ਕੇ ਸਰਾਂ ਦੇ ਵਿੱਚੋਂ ਦੀ, ਅਤੇ ਉਹਨਾਂ ਨੇ ਹੀ ਇਹਨਾਂ ਨੂੰ ਬਚਾਇਆ ਬਚਾਇਆ। ਜਦੋਂ ਸੰਤਾਂ ਦੀ ਸ਼ਹੀਦੀ ਦਾ ਪਤਾ ਲੱਗਦਾ, ਤੁਸੀਂ ਦੇਖਦੇ ਹੋ, ਕੀ ਮਹਿਸੂਸ ਕੀਤਾ? ਮਹਿਸੂਸ ਕੁਛ ਨਹੀਂ, ਵੀ ਜੰਗ ਲੜੀ, ਜੰਗ ਦੇ ਵਿੱਚ ਬਸ ਇਹੋ ਕੁਝ ਹੋ ਸਕਦਾ ਸੀ ਜੋ ਕੁਝ ਹੋਇਆ, ਤਾਂ ਸਾਨੂੰ ਪਤਾ ਸਾਨੂੰ ਇਹ ਵੀ ਅਸੀਂ ਕਿਉਂ ਨਹੀਂ ਮਰੇ, ਸਾਨੂੰ ਤਾਂ ਇਹਨਾਂ ਲੱਗਦਾ ਵੀ ਅਸੀਂ ਕਿਉਂ ਨਹੀਂ ਮਰੇ, ਹੁਣ ਅਸੀਂ ਕਿਵੇਂ ਚਾਹਵਾਂਗੇ ਵਾਪਸ। ਅਤੇ ਉਹ ਅਸੀਂ ਤੋਂ ਫੜੇ ਗਏ ਹਾਂ, ਸਾਡੀ ਬੜੀ ਬੁਰੀ ਹਾਲਤ ਸੀ। ਮੈਂ 9 ਦਿਨ ਕੈਂਪ ਵਿੱਚ ਰਿਹਾ ਇੱਥੇ, ਆਰਮੀ ਕੈਂਪ 'ਚ। ਆਰਮੀ ਕੈਂਪ ਜਿਹੜਾ ਤੁਹਾਨੂੰ ਗ੍ਰਿਫਤਾਰ ਕਰਕੇ ਲਗਾਏ ਆ, ਕੀ ਹਾਲਾਤ ਸਨ ਆਰਮੀ ਕੈਂਪ ਦੇ, ਕਿਹੋ ਜਿਹਾ ਵਤੀਰਾ ਕੀਤਾ ਗਿਆ? ਦੇਖੋ, ਇਹਨਾਂ ਨੇ 2 ਕੈਂਪ ਬਣਾਏ ਸੀਗੇ। ਇੱਕ ਕੈਂਪ ਸੀ ਜਿਹਦੇ ਵਿੱਚ ਸਰਾਂ ਤੋਂ ਪਰਲਾ ਪਾਸਾ ਸਾਰਾ ਜਿਹੜਾ ਸਰਾਂ ਵਾਲਾ ਪਾਸਾ, ਜਿੱਥੋਂ ਬਹੁਤ ਸਾਰੀ ਸੰਗਤ ਫੜੀ ਗਈ, ਜਾਂ ਮੁਲਾਜ਼ਮ ਫੜੇ ਗਏ, ਜਾਂ ਅਧਿਕਾਰੀ ਫੜੇ ਗਏ, ਜਾਂ ਆਪਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਦੂਜੇ ਤੀਜੇ, ਇਹ ਸਾਰੇ ਇੱਕ ਸਕੂਲ ਦਾ ਇਹਨਾਂ ਕੈਂਪ ਬਣਾਇਆ ਸੀ, ਉੱਥੇ ਰੱਖੇ ਸੀਗੇ, ਉਹ ਵੀ ਆਰਮੀ ਸਕੂਲ ਦੇ ਵਿੱਚ। ਇੱਕ ਕੈਂਪ ਇਹਨਾਂ ਅਸੀਂ ਬਣਾਇਆ ਸੀ ਸਾਡੇ ਵਾਸਤੇ, ਜਿਹੜੇ ਅਸੀਂ ਅੰਦਰੋਂ ਫੜੇ ਗਏ, ਉਹਦੇ 'ਚ ਅਸੀਂ 179 ਕੁ ਬੰਦੇ ਮੇਰਾ ਖਿਆਲ ਉਦੋਂ ਲਿਆਉਂਦੇ ਸੀ ਇਹਨਾਂ ਨੇ, ਸ਼ਾਇਦ 79 ਸੀਗੇ, ਥੋੜ੍ਹੇ ਜਿਹੇ ਕੈਂਪ ਉਹ ਸੀਗੇ। ਉਹਨਾਂ ਦੇ ਕਮਰੇ ਛੋਟੇ ਕਮਰੇ ਸੀ, ਕੋਤਾਂ ਵਾਲੇ ਕਮਰੇ ਜਿਹਦੇ ਵਿੱਚ ਅਸਲਾ ਰੱਖਦੇ, ਉਹ ਸਾਡੇ ਹੁੰਦਿਆਂ ਸਾਨੂੰ ਗੱਡੀਆਂ 'ਚ ਲੱਦਿਆਂ ਨੂੰ ਖਾਲੀ ਕਰਾਇਆ ਇਹਨਾਂ ਨੇ ਉਹ, ਅਤੇ ਜਦੋਂ ਉੱਥੇ ਲਗਾਏ ਆ, ਅਤੇ ਉਹ ਅੰਦਰ ਬੜੀ ਬਦਬੋ ਸੀਗੀ, ਫਿਰ ਉਹਨੂੰ ਕੋਈ ਰੋਸ਼ਨਦਾਨ ਨਹੀਂ ਸੀ ਕਮਰਿਆਂ ਨੂੰ, ਸ਼ੀਸ਼ੇ ਦਾ ਰੋਸ਼ਨਦਾਨ ਸੀ ਉਹ ਬੰਦ ਸੀ ਉੱਤੋਂ, ਉਹਦੇ 'ਚ ਵਾੜਿਆ, ਅਤੇ ਲੋਕਾਂ ਦੇ ਅਸੀਂ 3 ਦਿਨ ਦੇ ਪਹਿਲਾਂ ਹੀ ਭੁੱਖੇ 'ਤੇ ਆਏ ਸੀਗੇ, ਅਤੇ ਕੁਝ ਗਰਮੀ ਜ਼ਿਆਦਾ ਹੋਣ ਕਰਕੇ ਸਾਡੇ ਸਰੀਰ 'ਤੇ ਵੀ ਘੁੱਟ ਘੱਟ ਪੈਣ ਕਰਕੇ ਵੀ ਜ਼ਿਆਦਾ ਫਲੂ ਅਪਲਾਈ ਹੋ ਗਏ, ਸਰੀਰ ਉੱਠ ਖੜਿਆ ਸਾਰਾ, ਤਾਂ ਅਸੀਂ ਪਾਣੀ ਮੰਗਿਆ, ਅਤੇ ਉਹ ਕਹਿੰਦੇ ਅਰੇ ਗਿਆਨੀ ਆ ਰਿਹਾ, ਬਾਖੜਾ ਡੈਮ 'ਚ ਆ ਰਿਹਾ ਪਾਣੀ। ਅਤੇ ਉਹਨਾਂ ਨੇ ਬਾਹਰ ਨਿਕਲ ਕੇ ਅਤੇ ਆਪਣੀ ਉੱਪਰ LMG ਫਿੱਟ ਕੀਤੀ, LMG ਫਿੱਟ ਕਰਕੇ ਵਿੱਚੋਂ ਬ੍ਰੈਸਟ ਮਾਰੇ, ਉਹ 30-35 ਬੰਦੇ ਸਨ, ਅੱਧੇ ਇੱਕ ਬੰਦੇ ਸ਼ਹੀਦ ਹੋ ਗਏ ਉਹਦੇ ਵਿੱਚੋਂ, ਉਹ ਸ਼ਹੀਦ ਹੋ ਕੇ ਅਤੇ ਉੱਥੇ ਡਿੱਗ ਪਏ। ਤਾਂ ਅਸੀਂ ਰਾਤ ਉਹਨਾਂ ਚੜ੍ਹਦੇ ਰਹੇ ਪੜ੍ਹਦੇ, ਅਤੇ ਸ਼ਹਿਰ ਸਾਰਾ ਸੁਨਸਾਨ ਸੀ, ਬਹੁਤ ਸਾਰੇ ਹਿੰਦੂ ਜਿਹੜੇ ਆ, ਬੀਬੀ ਲਕਸ਼ਮੀ ਕਾਂਤਾ ਵਰਗੀਆਂ, ਇਹ ਸਾਰੀਆਂ ਬਾਹਰ ਫੌਜੀਆਂ ਨੂੰ ਲੱਡੂ ਵੰਡ ਰਹੇ ਸੀ, ਜਦੋਂ ਅਸੀਂ ਘੰਟਾ ਘਰ ਲੈ ਆਏ ਹਾਂ, ਅਤੇ ਉੱਧਰ ਸੰਤ ਜਰਨੈਲ ਸਿੰਘ ਦੀ ਲਾਸ਼ ਕੱਢ ਕੇ ਜਦੋਂ ਲਗਾਏ ਆ ਉਹਨਾਂ ਦੀ ਡੈੱਡ ਬਾਡੀ ਨੂੰ, ਇਹ ਉੱਥੇ ਲੱਡੂ ਵੰਡ ਰਹੇ ਸੀ, ਜੱਫੀਆਂ ਪਾ ਰਹੇ ਸੀ, ਬਹੁਤ ਸਾਰੇ
ਭੰਗੜੇ ਪਾ ਰਹੇ ਸੀ ਉੱਥੇ ਉਹ ਸਾਨੂੰ ਵੱਟੇ ਮਾਰ ਰਹੇ ਸੀਗੇ ਜਿਵੇਂ ਬਾਬੇ ਬੰਦੇ ਬਹਾਦਰ ਨੂੰ ਵੱਟੇ ਵੱਜੇ ਤਾਂ ਸਾਨੂੰ ਵੀ ਵੱਟੇ ਵੱਜੇ ਇੱਕ ਕਮਿਊਨਿਟੀ ਵੱਲੋਂ ਉਹਨਾਂ ਨੇ ਮਾਰੇ ਉਸ ਵੇਲੇ ਉਹਨਾਂ ਦੇ ਮਨ 'ਚ ਖੁਸ਼ੀਆਂ ਸੀ ਠੀਕ ਹੈ ਸਾਡੇ ਮਨ 'ਚ ਦਰਦ ਸੀ ਉਹਨਾਂ ਦੇ ਉਹਨਾਂ ਵਾਸਤੇ ਵੱਡੀ ਵੱਡੀ ਖੁਸ਼ੀ ਦੀ ਗੱਲ ਸੀ ਕਿ ਅਸੀਂ ਸਿੱਖਾਂ ਦਾ ਇੱਕ ਮੁਕੱਦਸ ਸਥਾਨ ਜਿਹੜਾ ਉਹ ਢਾਹ ਲਿਆ ਆਰਮੀ 'ਤੇ ਅਸੀਂ ਕਬਜ਼ਾ ਕਰ ਲਿਆ ਅੱਜ ਤੋਂ ਬਾਅਦ ਅਸੀਂ ਫਿਰ ਆਜ਼ਾਦ ਹੋ ਗਏ ਉਸ ਉਹ ਆਪਣੀ ਆਜ਼ਾਦੀ ਸਮਝਦੇ ਸੀ ਅਸੀਂ ਆਪਣੀ ਗੁਲਾਮੀ ਸਮਝਦੇ ਸੀ ਇਸ ਇਹ ਕੈਂਪ ਜਿੱਥੇ ਖੜ ਕੇ ਤੁਸੀਂ ਦੱਸਿਆ ਕਿ ਤੁਹਾਡੇ 30-35 ਸਿੰਘ ਜਿਹੜੇ ਉਹਨਾਂ ਨੇ ਸ਼ਹੀਦ ਕੀਤੇ ਇਹ ਕੈਂਪ ਕਿੱਥੇ ਸੀ ਦੂਸਰਾ ਇਹ ਬਿਲਕੁਲ ਜਿਹੜਾ ਯੂਨੀਵਰਸਿਟੀ ਦਾ ਗੇਟ ਹੈ ਨਾ ਆਪਣਾ ਬੈਕ ਸਾਈਡ ਵਾਲਾ ਗੇਟ ਇਹਦੇ ਨਾਲ ਹੀ ਇੱਕ ਗੇਟ ਅੰਦਰ ਜਾਂਦਾ ਛਾਉਣੀ ਦੇ ਉੱਥੇ ਇਹਨਾਂ ਦੇ ਅੰਦਰ ਬਣੇ ਨੇ ਕੈਂਪ ਮੈਂ ਬਾਅਦ 'ਚ ਦੇਖਿਆ ਨਹੀਂ ਉਹ ਇੰਨਾ ਕਿ ਮੈਨੂੰ ਪਤਾ ਵੀ ਜਿੱਥੋਂ ਅਸੀਂ ਲੰਘੇ ਉਹ ਗੇਟ ਦੇਖਿਆ ਨਾ ਸਾਨੂੰ ਬਾਅਦ 'ਚ ਅੰਦਰ ਜਾਣ ਦਾ ਮੌਕਾ ਹੀ ਮਿਲਿਆ ਕਦੀ ਉੱਥੇ ਇਹਨਾਂ ਦਾ ਇੱਕ ਕੈਂਪ ਸੀਗਾ ਉਹਦੇ ਵਿੱਚ ਸਾਨੂੰ ਰੱਖਿਆ ਗਿਆ 8-3 ਉੱਥੋਂ ਵੀ ਸਾਨੂੰ ਕੱਢ ਕੇ ਮੇਰੇ ਨਾਲ ਦਾ ਮੁੰਡਾ ਉੱਥੋਂ ਵੀ ਕੱਢ ਕੇ ਪਾਂਡੇ ਨੇ ਖੜ ਕੇ SSP ਨੇ ਸਾਨੂੰ ਦੋਨਾਂ ਨੂੰ ਵੱਖਰਿਆਂ ਕਰ ਲਿਆ ਸੀਗਾ ਸਾਡੀ ਸ਼ਨਾਖਤ ਵੀ ਉੱਥੇ ਸਾਡੇ ਕਿਸੇ ਆਪਣੇ ਬੰਦੇ ਨੇ ਕੀਤੀ ਜਿਹਦਾ ਬਾਅਦ 'ਚ ਬਹੁਤ ਰੌਲਾ ਪੈਂਦਾ ਰਿਹਾ ਅਤੇ ਉਹ ਅਸੀਂ ਉੱਥੇ ਵੇਖਿਆ ਵੀ ਉਹ ਮੁੰਡਾ ਮੇਰੇ ਨਾਲ ਦਾ ਮੇਰੀ ਤਾਂ ਮੈਨੂੰ ਤਾਂ ਬਚਾਇਆ ਉਹਨੇ ਜਿਹੜਾ ਉਸ ਵੇਲੇ ਕਰਨਲ ਸੀਗਾ ਉੱਥੇ ਕੋਈ ਬਿਸ਼ਨ ਸਿੰਘ ਸ਼ਾਇਦ ਉਹਦਾ ਨਾਂ ਸੀਗਾ ਮੈਨੂੰ ਪੱਕਾ ਨਹੀਂ ਕਿ ਉਹਨੇ ਨਾਂ ਰੱਖਿਆ ਸੀ ਜਾਂ ਉਹ ਹੀ ਨਾਂ ਸੀ ਉਹਦਾ ਪਿਓ ਵੀ ਉੱਥੇ ਸ਼ਹੀਦ ਹੋ ਗਿਆ ਸੀ ਬਾਬੇ ਖੜਕ ਸਿੰਘ ਦਾ ਸੇਵਾਦਾਰ ਸੀ ਉਹਦੇ ਉਹ ਆਪਣੇ ਪਿਓ ਦੀ ਲਾਸ਼ ਲੱਭਦਾ ਫਿਰਦਾ ਸੀ ਉਹ ਵੀ ਦੁਖੀ ਸੀਗਾ ਅਤੇ ਜਦੋਂ ਉਹਨੂੰ ਪਤਾ ਲੱਗਾ ਉਹ ਸਾਡੇ ਪਿੰਡ ਦੇ ਇੱਕ ਕਰਨਲ ਟਹਿਲ ਸਿੰਘ ਸੀ ਉਹਨਾਂ ਦੇ ਨਾਲ ਉਹ ਉਸ ਚੋਂ ਟਿਕੇ ਦੇ ਰਿਹਾ ਸੀਗਾ ਮੇਰੀਆਂ ਗੱਲਾਂ ਗੁੱਲਾਂ ਫੌਜ ਦੇ ਦੌਰਾਨ ਉਹ ਕਰਦੇ ਰਹਿੰਦੇ ਸੀ ਆਪੋ 'ਚ ਜਦੋਂ ਉਹਨਾਂ ਨੇ ਵੇਖਿਆ ਵੀ ਇਹ ਮੈਨੂੰ ਕਹਿੰਦਾ ਕਿਹੜਾ ਕੀ ਪਿੰਡ ਤੇਰਾ ਮੈਂ ਕਿਹਾ ਮੇਰਾ ਪਿੰਡ ਤਾਂ ਘੁੰਮਣ ਹੈ ਜੀ ਮੈਂ ਕਰਨਲ ਟਹਿਲ ਸਿੰਘ ਜਾਣਾ ਮੈਂ ਕਿਹਾ ਮੇਰਾ ਤਾਇਆ ਜੀ ਆ ਚਲੋ ਉਹਨੇ ਮੈਨੂੰ ਕੱਢ ਕੇ ਜਦੋਂ ਮੇਰੀ ਸ਼ਨਾਖਤ ਕਰਕੇ ਵੱਖਰਿਆਂ ਕੀਤਾ ਸਾਨੂੰ ਦੋਨਾਂ ਨੂੰ ਦੇਣੇ ਉਹਨੇ ਫਿਰ ਆਪਣੇ ਦਫ਼ਤਰ 'ਚ ਮੈਨੂੰ ਬੰਦ ਕਰਤਾ ਉਸ ਰਾਤ ਅਤੇ ਕਹਿੰਦਾ ਵੀ ਤੂੰ ਬੋਲਣਾ ਨਹੀਂ ਉਹ ਦੂਜਾ ਮੁੰਡਾ ਵਾਲਾ 'ਚ ਰਹਿ ਗਿਆ ਉਹਨੂੰ ਰਾਤ ਪੁਲਿਸ ਲੈ ਗਈ ਕੱਢ ਕੇ ਉਹਦੇ ਘਰ ਖੜ ਕੇ ਪਾਂਡੇ ਨੇ ਉਹਨੂੰ ਗੋਲੀ ਮਾਰੀ ਉਹਦੀ ਮਾਂ ਦੇ ਸਾਹਮਣੇ ਅੱਛਾ SSP ਨੇ ਉਹਦੇ ਵੱਲੋਂ ਉਹਨੂੰ ਇੰਟੈਰੋਗੇਟ ਕੀਤਾ ਇੰਟੈਰੋਗੇਟ ਕਰਨ ਤੋਂ ਬਾਅਦ ਉਹਦੇ ਘਰ ਲੱਗੇ ਉਹਦੀ ਮਾਂ ਦੇ ਸਾਹਮਣੇ ਕਰਕੇ ਉਹਨੂੰ ਫਿਰ ਗੋਲੀ ਮਾਰੀ ਉੱਥੇ ਹੀਰਾ ਸਿੰਘ ਸੀ ਮੁੰਡੇ ਇਹਨੇ ਸਰਦਾਰ ਜਸਬੀਰ ਸਿੰਘ ਘੁੰਮਣ ਇਹਨਾਂ ਨੇ ਫੈਡਰੇਸ਼ਨ 'ਚ ਸ਼ਾਮਿਲ ਹੋਣ ਤੋਂ ਲੈ ਕੇ ਫੈਡਰੇਸ਼ਨ ਦੇ ਉਭਾਰ ਤੋਂ ਲੈ ਕੇ ਜੋ ਮੰਜਰ ਬਣਿਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਜਿਹਨੂੰ ਅਸੀਂ ਤੀਜਾ ਘੱਲੂ ਘਰਾ ਵੀ ਕਹਿ ਦਿੰਦੇ ਹਾਂ ਅਤੇ ਹਿੰਦ ਪੰਜਾਬ ਜੰਗ ਵੀ ਕਿਹਾ ਜਾਂਦਾ ਜਿਹੜੀ ਕਿ ਮੁੱਠੀ ਭਰ ਸਿੰਘਾਂ ਨੇ ਐਡੀ ਵੱਡੀ ਫੌਜ ਦਾ ਟਾਕਰਾ ਕੀਤਾ ਇਹਨਾਂ ਨੇ ਸਾਰੇ ਹਾਲਾਤਾਂ ਬਾਰੇ ਦੱਸਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਤੁਹਾਡਾ ਜੀ ਆਇਆਂ